Okay, welcome to our YouTube channel. Today we are again in Ludhiana at New Gen Computers. So ਅੱਜ ਆਪਾਂ ਵੀਡੀਓ ਲੈ ਕੇ ਆ ਰਹੇ ਹਾਂ ਸੈਕਿੰਡ ਹੈਂਡ ਲੈਪਟਾਪਸ ਦੀ, ਡੈਸਕਟਾਪ ਦੀ ਅਤੇ ਹੋਰ ਅਸੈਸਰੀ ਜਿਹੜੀ ਨਿਊ ਜੈਨ ਕੰਪਿਊਟਰ ਦੇ ਅਵੇਲੇਬਲ ਹੈਗੀ ਆ। ਅਤੇ ਆਪਾਂ ਗੱਲ ਕਰਦੇ ਹਾਂ ਇੱਥੋਂ ਦੇ ਜੋ ਓਨਰ ਨੇ ਮਿਸਟਰ ਆਸ਼ੀਸ਼ ਜੈਨ, ਅਤੇ ਆ ਜੋ ਉਹਨਾਂ ਨਾਲ ਗੱਲ ਕਰਦੇ ਹਾਂ। ਪਹਿਲਾਂ ਇੰਟਰੋਡਿਊਸ ਕਰਦੇ ਹਾਂ ਮਿਸਟਰ ਆਸ਼ੀਸ਼ ਜੈਨ ਨੂੰ। ਹੈਲੋ ਸਰ। ਹੈਲੋ ਸਰ, ਹਾਉ ਆਰ ਯੂ? ਓਕੇ ਸਰ, ਅੱਜ ਅਸੀਂ ਵੀਡੀਓ ਸ਼ੂਟ ਕਰਨ ਆਏ ਹਾਂ ਸੈਕਿੰਡ ਹੈਂਡ ਲੈਪਟਾਪ 'ਤੇ ਜੋ ਆਪਣੀ ਸ਼ੋਪ 'ਤੇ ਅਵੇਲੇਬਲ ਨੇ, ਉਹਨਾਂ ਦੀ ਇਨਫੋਰਮੇਸ਼ਨ ਲਵਾਂਗੇ ਆਪਾਂ ਤੁਹਾਡੇ ਤੋਂ। ਅਤੇ ਡੈਸਕਟਾਪ ਜੋ ਵੀ ਆਪਣੀ ਅਸੈਸਰੀ ਅਵੇਲੇਬਲ ਹੈਗੀ ਆ ਸ਼ੋਪ 'ਤੇ, ਉਹਦੇ ਬਾਰੇ ਸਾਨੂੰ ਦੱਸੋ ਕਿ ਕਿਹੜੀ ਕੰਪਨੀ ਦਾ ਲੈਪਟਾਪ ਤੁਹਾਡੇ ਕੋਲ ਅਵੇਲੇਬਲ ਹੈਗਾ ਆ, ਕੀ ਰੇਂਜ ਉਹਦੀ ਹੈਗੀ ਆ, ਪ੍ਰਾਈਸ ਰੇਂਜ ਕਿੱਥੇ ਤੱਕ ਚਲੀ ਜਾਂਦੀ ਹੈ, ਅਤੇ ਮੈਕਸੀਮਮ ਪ੍ਰਾਈਸ ਕੀ ਆ ਅਤੇ ਮਿਨੀਮਮ ਪ੍ਰਾਈਸ ਕੀ ਆ, ਅਤੇ ਸਾਨੂੰ ਉਹਦੀ ਰਿਕੁਆਇਰਮੈਂਟ ਦੱਸੋ, ਲੈਪਟਾਪ ਦੀ ਕਿੰਨੀ ਰਿਕੁਆਇਰਮੈਂਟ ਰਹਿ ਜਾਂਦੀ ਆ, ਅਤੇ ਤੁਸੀਂ ਇੰਪੋਰਟਡ ਲੈਪਟਾਪ ਕਰਦੇ ਹੋ ਜਾਂ ਇੰਡੀਅਨ ਦਾ ਕੰਮ ਕਰਦੇ ਹੋ, ਸਾਨੂੰ ਸਾਰੀ ਇਨਫੋਰਮੇਸ਼ਨ ਵੀਡੀਓ ਦੇ ਵਿੱਚ ਦੱਸਿਓ। ਅਤੇ ਪਲੀਜ਼ ਵੀਡੀਓ ਥੋੜ੍ਹੀ ਲੰਬੀ ਹੋਏਗੀ ਤਾਂ ਚੱਲਦੇ ਚੱਲਦੇ ਵੀਡੀਓ ਨੂੰ ਸ਼ੇਅਰ, ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਚਲੋ ਗੱਲ ਕਰਦੇ ਆਪਾਂ ਲੈਪਟਾਪ ਦੀ। ਹਾਂਜੀ ਸਰ, ਕਿਹੜੀ ਕੰਪਨੀ ਦੇ ਲੈਪਟਾਪ ਤੁਹਾਡੇ ਕੋਲ ਪ੍ਰੈਜੈਂਟਲੀ ਹੈਗੇ ਆ? ਸਰ, ਆਪਣੇ ਕੋਲ ਆਲਮੋਸਟ ਜਿੰਨੇ ਵੀ ਅੱਛੇ ਬ੍ਰਾਂਡ ਹੈ, ਡੈੱਲ, ਐਚਪੀ, ਲਨੋਵੋ, ਤੋਸ਼ੀਬਾ, ਏਸਰ, ਸਭ ਕੰਪਨੀਆਂ ਦੇ ਲੈਪਟਾਪ ਹੁੰਦੇ ਆ, ਅਤੇ ਸਾਰੇ ਲੈਪਟਾਪ ਆਪਣੇ ਕੋਲ ਇੰਪੋਰਟ ਦੇ ਹੈ। ਆਪਣੇ ਅਸੀਂ ਇੰਡੀਅਨ ਪ੍ਰੋਡਕਟ ਅਤੇ ਰਿਪੇਅਰ ਪ੍ਰੋਡਕਟ ਬਿਲਕੁਲ ਨਹੀਂ ਕਰਦੇ। ਜੈਨੂਅਨ ਇੰਪੋਰਟ ਹੋਣਗੇ, ਸਾਡਾ ਇੰਪੋਰਟ ਹੁੰਦਾ ਹੈ ਅਮਰੀਕਾ, ਕੈਨੇਡਾ ਅਤੇ ਜਪਾਨ ਤੋਂ। ਓਕੇ, ਤਿੰਨ ਕੰਟਰੀਆਂ ਦਾ ਮੇਨ ਮਾਲ ਹੋਏਗਾ। ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਜੋ ਰੇਂਜ ਹੈ ਲੈਪਟੋਪ ਦੀ, ਮਤਲਬ ਹਰ ਤਰ੍ਹਾਂ ਦਾ ਹੈ। ਘੱਟ ਤੋਂ ਘੱਟ ਰੇਂਜ 12-13 ਹਜ਼ਾਰ ਤੋਂ ਲੈਪਟੋਪ ਸਟਾਰਟ ਹੋ ਜਾਂਦਾ ਹੈ, ਠੀਕ ਹੈ ਸਰ, ਜਿਹਦੇ 'ਚ ਡਿਊਲ ਕੋਰ ਜਾਂ i3 ਪ੍ਰੋਸੈਸਰਸ ਹੁੰਦੇ ਹੈ। ਆਪਾਂ ਗੱਲ ਕਰਦੇ ਥਿੰਕ ਪੈਡ ਲੀਨੋਵੋ ਦੀ, ਸਰ ਇਹਦੀ ਰਿਕੁਆਇਰਮੈਂਟ ਕੀ ਆ ਲੈਪਟੋਪ ਦੇ ਬਾਰੇ ਸਾਨੂੰ ਕੁਝ ਇਨਫੋਰਮੇਸ਼ਨ ਦਵੋਗੇ? ਜਿੱਦਾਂ ਕਿ ਇਹ ਲੈਪਟੋਪ ਆ ਇੰਟਲ i5 ਕੋਰ i5 ਥਿੰਕ ਪੈਡ, ਇਹਦਾ ਕੀ ਮਤਲਬ ਆ? ਮਤਲਬ ਕਿ ਥਿੰਕ ਪੈਡ ਲੀਨੋਵੋ ਦੇ ਬਾਰੇ ਸਾਨੂੰ ਦੱਸੋ ਕਿ ਇਹਦੀ ਕਿੰਨੀ ਰੈਮ ਆ? ਲੀਨੋਵੋ ਸਰ IBM ਦਾ ਬ੍ਰਾਂਡ ਹੈ। ਓਕੇ, ਥਿੰਕ ਪੈਡ ਦਾ ਇੱਕ ਮਾਡਲ ਹੈ ਜੋ ਕਿ ਕਮਰਸ਼ੀਅਲ ਮਾਡਲ ਮੰਨਿਆ ਜਾਂਦਾ ਹੈ। ਇਹ ਬੇਸਿਕਲੀ ਅਮਰੀਕਨ ਪੀਸ ਹੈ, ਇਹਦੇ ਵਿੱਚ i5 ਪ੍ਰੋਸੈਸਰ ਹੈ, i5 ਥਰਡ ਜਨਰੇਸ਼ਨ, 4 GB ਦੀ ਰੈਮ ਹੈ, 320 GB ਦੀ ਹਾਰਡ ਡਰਾਈਵ ਹੈ, 14-inch ਦੀ ਸਕਰੀਨ ਹੈ। ਓਕੇ, ਤੇ ਬਿਲਕੁਲ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ, ਜਸਟ ਲਾਈਕ ਬਿਲਕੁਲ ਨਿਊ, ਇਹ ਤੇ ਤੁਹਾਨੂੰ ਸਕ੍ਰੈਚ ਵੀ ਨਹੀਂ। ਇੱਕ ਵਾਰ ਤੁਹਾਨੂੰ ਇਸ ਚੀਜ਼ ਦਾ ਓਵਰਲੁੱਕ ਦਿਖਾਉਂਦੇ ਹਾਂ ਕਿ ਜਿਹੜੀ ਕੰਡੀਸ਼ਨ ਆ ਲੈਪਟਾਪ ਦੀ, ਇਹ ਹੈ ਸੈਕਿੰਡ ਹੈਂਡ ਆ, ਬਟ ਐਜ਼ ਲਾਈਕ 100% ਕੰਡੀਸ਼ਨ ਆ। ਸਰ ਇੱਕ ਮੈਂ ਤੁਹਾਡੇ ਤੋਂ ਕੁਐਸਚਨ ਪੁੱਟ ਕਰਾਂਗਾ ਕਿ ਜਿਵੇਂ ਕਹਿੰਦੇ ਆ ਕਿ ਮਾਰਕੀਟ ਦੇ ਵਿੱਚ ਸੈਕਿੰਡ ਹੈਂਡ ਲੈਪਟਾਪ ਦੇ ਵਿੱਚ ਕੁਝ ਚੇਂਜ ਹੋ ਜਾਂਦਾ ਜਾਂ ਕੁਝ ਵੀ ਆਪਾਂ ਰਿਪਲੇਸ ਕਰ ਦਿੰਦੇ ਹਾਂ, ਕੋਈ ਇਦਾਂ ਦੀ ਪ੍ਰੋਬਲਮ ਤਾਂ ਨਹੀਂ ਹੈਗੀ ਤੁਹਾਡੇ ਇਸ ਲੈਪਟਾਪ ਦੇ ਵਿੱਚ? ਜਿਹੜੇ ਇੰਪੋਰਟ ਦੇ ਜੈਨੂਅਨ ਲੈਪਟਾਪ ਤਾਂ ਇਹਨਾਂ ਦੇ ਵਿੱਚ ਜੋ ਕੰਪਨੀ ਨੇ ਬਿਲ ਕੀਤਾ ਹੁੰਦਾ ਬਾਹਰ ਫੋਰਨ ਦੇ ਵਿੱਚ, ਸੇਮ ਉਸੇ ਹੀ ਕੰਫੀਗਰੇਸ਼ਨ ਨਾਲ ਉਹ ਅੱਗੇ ਸੇਲ ਕਰ ਦਿੰਦੇ ਆ। ਫਿਰ ਸਾਡੇ ਕੋਲ ਇੰਡੀਆ ਦੇ ਵਿੱਚ ਸੇਮ ਕੰਫੀਗਰੇਸ਼ਨ ਆਉਂਦੀ ਹੈ, ਅਸੀਂ ਤੁਹਾਨੂੰ ਉਹੀ ਵੇਚਦੇ ਹਾਂ ਆਪਣੇ ਕਸਟਮਰ ਨੂੰ। ਤੇ ਜੇ ਕਸਟਮਰ ਦੀ ਰਿਕੁਆਇਰਮੈਂਟ ਹੈ ਵੀ ਕੁਝ ਰੈਮ ਜਾਂ ਹਾਰਡ ਡਰਾਈਵ ਅਸੀਂ ਚੇਂਜ ਕਰਨੀ ਹੈ, ਅਪਡੇਟ ਕਰ ਦਿੰਦੇ, ਫਿਰ ਉਹਨੂੰ ਕਸਟਮਰ ਦੇ ਸਾਹਮਣੇ ਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਰੈਮ ਜਾਂ ਹਾਰਡ ਡਰਾਈਵ ਵਧਾਈ ਹੈ। ਸਰ ਇਹਦੀ ਵਾਰੰਟੀ ਨੂੰ ਲੈ ਕੇ, ਮਤਲਬ ਕਿ ਵਾਰੰਟੀ ਤੁਸੀਂ ਪ੍ਰੋਵਾਈਡ ਕਰਵਾਉਂਦੇ ਹੋ ਕਸਟਮਰ ਨੂੰ? ਹਾਂਜੀ, ਇਹਦੀ ਅਸੀਂ 1 ਮਹੀਨਾ ਦਿੰਦੇ ਹਾਂ ਹਾਰਡਵੇਅਰ ਦੀ ਵਾਰੰਟੀ ਤੇ 12 ਮਹੀਨੇ ਦਿੰਦੇ ਹਾਂ ਸਰਵਿਸ ਸਪੋਰਟ, ਠੀਕ ਹੈ ਸਰ। ਉਸ ਤੋਂ ਇਲਾਵਾ ਜੇ ਕਸਟਮਰ ਚਾਹੁੰਦਾ ਕਿ ਮੈਨੂੰ ਨਵੇਂ ਵਾਂਗੂ ਦੀ 1 ਸਾਲ ਦੀ ਵਾਰੰਟੀ ਮਿਲ ਜੇ ਤਾਂ ਉਹਦਾ ਇੱਕ ਵਾਰੰਟੀ ਪੈਕ ਹੁੰਦਾ, ਉਹਦੀ ਛੋਟੀ ਵੈਲਿਊ ਹੁੰਦੀ ਹੈ, ਉਹ ਪੇ ਕਰਕੇ ਉਹ 1 ਸਾਲ ਦੀ ਵਾਰੰਟੀ ਵੀ ਲੈ ਸਕਦੇ। ਤੁਸੀਂ ਸਰ ਵੈਲਿਊ ਵੀ ਦੱਸ ਦਿਓ, ਕਿੰਨੀ ਵੈਲਿਊ ਹੁੰਦੀ ਹੈ ਜੇ ਆਪਾਂ 1 ਸਾਲ ਦੀ ਵਾਰੰਟੀ ਕਸਟਮਰ ਲੈਂਦਾ ਹੈ? ਤਾਂ ਸਾਡੇ ਵੀਵਰਸ ਕਈ ਵਾਰ ਪੁੱਛਦੇ ਆ ਮੈਸੇਜ ਕਰਕੇ, ਤਾਂ ਸਾਡੇ ਕੋਲ ਆਪਸ਼ਨ ਹੁੰਦੀ ਹੈ ਕਿ ਦੱਸ ਦਈਏ ਅਸੀਂ ਕਸਟਮਰ। ਇਹ ਡਿਪੈਂਡ ਕਰਦਾ ਲੈਪਟਾਪ ਦੀ ਵੈਲਿਊ ਉੱਤੇ। ਓਕੇ, ਮੰਨ ਲਓ ਆਪਾਂ ਲੀਨੋਵੋ ਦੀ ਗੱਲ ਕੀਤੀ, ਦੀ ਪ੍ਰਾਈਸ ਰੇਂਜ ਕੀ ਰਹਿ ਜਾਂਦੀ ਹੈ ਲੈਪਟਾਪ? ਇਹ i5 ਲੈਪਟਾਪ ਹੈ ਜੀ, ਇਹ ਤੁਹਾਨੂੰ ਪਏਗਾ 18,500 ਰੁਪਏ ਦਾ। 18,500 ਫਲੈਟ ਪ੍ਰਾਈਸ ਹੈ ਜਾਂ ਨੈਗੋਸ਼ੀਏਬਲ ਹੈ ਸਰ? ਥੋੜਾ ਜਿਹਾ ਜਦੋਂ ਕਸਟਮਰ ਆਂਦਾ ਰਿਗਾਰਡਲੈਸ ਕਰਨਾ ਪੈਂਦਾ ਹੀ ਹੈ, ਠੀਕ ਹੈ ਸਰ। ਇਹਦੇ ਨਾਲ ਤੁਹਾਨੂੰ ਨਵਾਂ ਚਾਰਜਰ, ਨਵਾਂ ਬੈਗ ਮਿਲਦਾ ਹੈ। ਓਕੇ, ਤੇ 1 ਮੰਥ ਦੀ ਹਾਰਡਵੇਅਰ ਵਾਰੰਟੀ ਹੈ। ਓਕੇ, ਜਿਹੜਾ ਬੈਗ ਤਿਆਰ ਚਾਰਜਰ ਮਿਲਦਾ ਸਾਨੂੰ, ਉਹਦੀ ਵੀ ਇੱਕ ਵਾਰੀ ਓਵਰਵਿਊ ਅਸੀਂ ਓਵਰਲੁੱਕ ਦੇਖਣੀ ਆ ਚਾਰਜਰ ਤਿਆਰ ਉਹਦੀ, ਉਹ ਜ਼ਰੂਰ ਦੇਖਾਂਗੇ। ਤਾਂ ਸਾਡਾ ਬ੍ਰਦਰ ਸਾਨੂੰ ਦਿਖਾਏਗਾ HP ਦਾ ਜਿਹੜਾ ਇਹਨਾਂ ਦਾ ਬੈਗ ਆ। ਇਹ ਸਰ HP ਦਾ ਬੈਗ ਆ, ਦੇਖੋ ਤੁਸੀਂ ਬ੍ਰਾਂਡ ਨਿਊ ਕੰਡੀਸ਼ਨ 'ਚ ਬੈਗ ਆ, ਅਤੇ ਇੱਕ ਜੋ ਹੈਗਾ ਆ ਚਾਰਜਰ, ਆਪਣਾ ਜੋ ਵੀ ਚਾਰਜਰ ਹੈਗਾ ਆ ਇਹਨਾਂ ਦਾ ਚਾਰਜਰ ਵੀ ਆਪਾਂ HP ਦਾ ਦੇਖਾਂਗੇ। ਸਰ ਜੋ ਚਾਰਜਰ ਤੁਸੀਂ ਪ੍ਰੋਵਾਈਡ ਕਰਾਉਂਦੇ ਹੋ, ਇਹਦੀ ਵਾਰੰਟੀ ਹੁੰਦੀ ਹੈ ਚਾਰਜਰ ਦੀ? 1 ਸਾਲ ਦੀ ਵਾਰੰਟੀ ਹੁੰਦੀ ਹੈ ਜੀ। ਓਕੇ, ਇਹ ਕੰਪਨੀ ਵੱਲੋਂ ਹੁੰਦੀ 1 ਸਾਲ ਦੀ ਵਾਰੰਟੀ, ਨਵਾਂ ਚਾਰਜਰ ਬਾਕਸ ਪੈਕ ਮਿਲਦਾ ਹੈ, ਠੀਕ ਹੈ, ਤੇ ਨਵਾਂ ਬੈਗ ਮਿਲਦਾ, ਠੀਕ ਹੈ ਸਰ। ਹਾਂਜੀ, ਇੱਕ ਵਾਰ ਤੁਸੀਂ ਦੇਖ ਸਕਦੇ ਹੋ ਬ੍ਰਾਂਡ ਨਿਊ ਬੈਗ ਔਰ ਬ੍ਰਾਂਡ ਨਿਊ ਚਾਰਜਰ 1 ਸਾਲ ਦੀ ਵਾਰੰਟੀ ਦੇ ਨਾਲ। ਸੋ ਗੱਲ ਕੀਤੀ ਆਪਾਂ 18,500 ਦੀ, ਜਿਹੜਾ ਕਿ ਨੈਗੋਸ਼ੀਏਬਲ ਪ੍ਰਾਈਸ ਆ, ਜੇ ਆਪਾਂ ਇਹਨੂੰ 1 ਸਾਲ ਦੀ ਵਾਰੰਟੀ 'ਚ ਲੈ ਕੇ ਆਉਣਾ ਹੋਵੇ, ਤੇ ਇਹਦੇ 'ਚ 1500 ਰੁਪਏ ਦਾ ਵਾਰੰਟੀ ਪੈਕ ਬਾਏ ਕਰ ਲਏ ਕਸਟਮਰ, 1500 ਰੁਪਏ ਦਾ ਵਾਰੰਟੀ ਕਾਰਡ ਬਾਏ ਕਰਕੇ 1 ਸਾਲ ਦੀ ਵਾਰੰਟੀ ਮਿਲ ਸਕਦੀ। ਸਰ ਉਹਦੇ ਵਿੱਚ ਹਾਰਡਵੇਅਰ ਦੀ ਵਾਰੰਟੀ ਮਿਲੇਗੀ, ਸੌਫਟਵੇਅਰ ਦੀ ਵਾਰੰਟੀ ਮਿਲੇਗੀ? ਦੋਨੋਂ ਹੀ ਮਿਲਣਗੀਆਂ ਜੀ, ਸੌਫਟਵੇਅਰ ਤਾਂ ਇਹਦਾ ਹੈ ਹੀ ਹੈ, ਆਲਰੇਡੀ ਹੈ। ਸਰ ਇਹਦੀ ਵਿੰਡੋ ਆਫਟਰ ਮਾਰਕੀਟ ਹੈ ਜਾਂ ਇਨਬਿਲਟ ਓਰੀਜਨਲ ਵਿੰਡੋ ਹੈ ਦੀ? ਇਹ ਓਰੀਜਨਲ ਵਿੰਡੋ ਹੈ, ਬਿਕੋਜ਼ ਬਾਹਰ ਵਾਲੇ ਜਿੰਨੇ ਪੀਸ ਹੁੰਦੇ ਆ ਉਹ ਵਿਦਆਊਟ ਵਿੰਡੋ ਨਹੀਂ ਆਉਂਦੇ, ਉਹ ਵਿਦ ਵਿੰਡੋ ਹੀ ਆਉਂਦੇ। ਸਰ ਇਹਦੇ ਵਿੱਚ ਵਿੰਡੋ ਪ੍ਰੋਸੈਸਰ ਸੌਫਟਵੇਅਰ ਕਿਹੜਾ ਰਨ ਚੱਲਦਾ, OS ਕੀ ਹੈ, 7, 8 ਜਾਂ 10? ਇਹਦੇ ਵਿੱਚ 7, 8
ਇਹ i3 4th ਜਨਰੇਸ਼ਨ ਹੈ, 4GB RAM ਹੈ, 500GB ਹਾਰਡ ਡਿਸਕ ਹੈ, ਠੀਕ ਹੈ ਸਰ, ਤੇ ਵਿੰਡੋ 7 ਇਹਦੇ 'ਚ ਵੀ ਓਰੀਜਨਲ ਹੈ, ਵਿੰਡੋ 7 ਪ੍ਰੋਫੈਸ਼ਨਲ 64-bit, ਠੀਕ ਹੈ, ਤੇ 13.3 ਸਲੀਕ ਹੈ, ਬਹੁਤ ਜ਼ਿਆਦਾ ਸਰ। ਇਹਦੀ ਪ੍ਰਾਈਸ ਰੇਂਜ ਦੀ ਗੱਲ ਕਰਦੇ ਹਾਂ ਤਾਂ ਕੀ ਹੈ? ਇਹ ਹੈਗਾ 17,500 ਰੁਪਏ ਦਾ, 17,500 ਦਾ ਪ੍ਰਾਈਸ ਇਜ਼ ਅਗੇਨ ਆਈ ਸੈਡ ਕਿ ਨੈਗੋਸ਼ੀਏਬਲ ਆ ਜਦੋਂ ਸ਼ੋਪ 'ਤੇ ਵਿਜ਼ਿਟ ਕਰੋਗੇ ਸਰ। ਚੱਲਦੇ ਚੱਲਦੇ ਆਪਣਾ ਐਡਰੈਸ ਜ਼ਰੂਰ ਸਾਡੇ ਵੀਵਰਸ ਨੂੰ ਦੱਸੋ ਕਿ ਤੁਹਾਡੀ ਸ਼ੋਪ ਕਿੱਥੇ ਕਰਕੇ ਪੈ ਜਾਂਦੀ ਹੈ। ਆਪਣੀ ਇਹ ਨਿਊ ਜੈਨ ਕੰਪਿਊਟਰ ਦਾ ਨਾਮ 'ਤੇ ਹੈ ਜੀ, ਪੱਖੋਵਾਲ ਰੋਡ 'ਤੇ ਹੈ, ਫਿਰੋਜ਼ ਗਾਂਧੀ ਮਾਰਕੀਟ ਦੇ ਬਹੁਤ ਨੇੜੇ ਹੈ, ਮੇਨ ਰੋਡ 'ਤੇ ਹੈ, ਓਪੋਜਿਟ ਅਪਰ ਹਾਊਸ ਹੈ, ਠੀਕ ਹੈ। ਤੁਸੀਂ ਇਸ ਨੂੰ ਮਤਲਬ ਵਾਕਿੰਗ ਡਿਸਟੈਂਸ ਸਮਝ ਲਓ, ਫਿਰੋਜ਼ ਗਾਂਧੀ ਮਾਰਕੀਟ ਤੋਂ 200-300 meters 'ਤੇ ਹੈ, ਮੇਨ ਰੋਡ 'ਤੇ ਨਿਗੋ ਕੰਪਲੈਕਸ ਬੈਂਕ ਆਫ ਬੜੌਦਾ ਵਾਲੀ ਬਿਲਡਿੰਗ 'ਚ, ਗਰਾਊਂਡ ਫਲੋਰ 'ਤੇ ਹੈ ਨਿਊ ਜੈਨ ਕੰਪਿਊਟਰ, ਠੀਕ ਹੈ ਸਰ। ਅਤੇ ਅਸੀਂ ਐਡਰੈਸ ਵੀ ਇਹਨਾਂ ਦਾ ਡਿਸਕ੍ਰਿਪਸ਼ਨ ਦੇ ਵਿੱਚ ਕੰਟੈਕਟ ਨੰਬਰ ਵੀ ਦੇਵਾਂਗੇ। ਅਤੇ ਗੱਲ ਕਰਦੇ ਜਿੱਦਾਂ ਕਿ ਇਹ ਲੈਪਟੋਪ 17,500 ਦਾ, ਅਤੇ ਅਸੈਸਰੀ ਜਿਹੜੀ ਇਹਦੇ ਨਾਲ ਮਿਲਦੀ ਹੈ, ਚਾਰਜਰ ਔਰ ਏਅਰ ਬੈਗ ਸੇਮ ਮਿਲਦਾ ਜਾਂ ਕੁਛ ਸਮਥਿੰਗ ਡਿਫਰੈਂਟ ਹੈ ਇਹਦੇ ਨਾਲ? ਨਹੀਂ ਸਰ, ਉਹੀ ਹੈ ਨਾ, ਨਿਊ ਬੈਗ ਮਿਲੇਗਾ ਡੈੱਲ ਦਾ, ਅਤੇ ਇੱਕ ਨਵਾਂ ਚਾਰਜਰ ਮਿਲੇਗਾ, ਠੀਕ ਹੈ, ਉਹ ਵੀ ਨਿਆ ਮਿਲੇਗਾ, ਠੀਕ ਹੈ ਸਰ। ਸੋ ਗੱਲ ਕਰਦੇ ਹਾਂ ਨੈਕਸਟ ਲੈਪਟੋਪ ਦੀ, ਨੈਕਸ ਤੋਸ਼ੀਬਾ, ਹਾਂਜੀ। ਸੋ ਇਹਦੇ ਬਾਰੇ ਦੱਸੋ। ਇਹ ਸਰ ਲੈਨੋਵੋ ਦਾ ਹੈ, ਸੋਰੀ ਤੋਸ਼ੀਬਾ ਦਾ ਹੈ, i5 ਹੈ, 4th ਜਨਰੇਸ਼ਨ, 4GB RAM ਹੈ, 320GB ਹਾਰਡ ਡਿਸਕ ਹੈ, ਇਹ ਵੀ ਸੇਮ 13.3 ਇੰਚ ਹੈ, ਇਹਦਾ ਸਾਈਜ਼ ਐਪਲ ਸਾਈਜ਼ ਹੈ, ਠੀਕ ਹੈ ਸਰ। ਅਤੇ ਇਹਦੀ ਜਿਹੜੀ ਵੈਲਿਊ ਹੈ 19,500 ਹੈ, ਬਿਕੋਜ਼ ਇਹ i5 4th ਜਨਰੇਸ਼ਨ ਹੋ ਗਿਆ। ਓਕੇ, 4th ਜਨਰੇਸ਼ਨ, ਜਨਰੇਸ਼ਨ ਅਪਡੇਟ ਹੁੰਦੀ ਹੈ ਤਾਂ ਪ੍ਰਾਈਸ ਵੀ ਅਪਡੇਟ ਹੁੰਦਾ, ਥੋੜ੍ਹਾ ਜਿਹਾ ਫਰਕ ਪੈਂਦਾ ਜਨਰੇਸ਼ਨ ਵਾਈਜ਼। ਐਜ਼ ਆਈ ਸੈਡ ਕਿ ਪ੍ਰਾਈਸ ਇਹਦਾ ਵੀ ਨੈਗੋਸ਼ੀਏਬਲ ਹੈ ਸਰ। ਇਹਦਾ ਮਤਲਬ ਕਿ ਅਸੈਸਰੀ ਜਿਹੜੀ ਤੁਸੀਂ ਪ੍ਰੋਵਾਈਡ ਕਰਾਉਂਦੇ ਹੋ ਸੇਮ ਚਾਰਜਰ ਔਰ ਏਅਰ ਬੈਗ ਜੋ ਵੀ ਇਹਨਾਂ ਦਾ ਨਾਲ ਆਉਂਦਾ, ਹਰ ਲੈਪਟਾਪ ਦੇ ਨਾਲ ਹੈ ਜੀ। ਓਕੇ, ਸੋ ਇਹਦਾ ਇੱਕ ਵਾਰੀ ਪ੍ਰਾਈਸ ਫੇਰ ਰਿਪੀਟ ਕਰ ਦਿਓ। ਇਹ 19,500 ਰੁਪਏ ਦਾ, 19,500 4th ਜਨਰੇਸ਼ਨ ਕਨਫੀਗਰੇਸ਼ਨ, ਤੁਹਾਨੂੰ ਕੱਲੇ ਕੱਲੇ ਲੈਪਟਾਪ ਦੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੱਸ ਦਾਂਗੇ। ਤੇ ਨੈਕਸਟ ਵਨ ਇਜ਼ ਇੰਟਲ ਕੋਰ i5 ਡੈੱਲ ਦਾ ਲੈਪਟਾਪ ਆ। ਇਹ ਡੈੱਲ ਦਾ ਬਿਗ ਸਾਈਜ਼ ਲੈਪਟਾਪ ਹੈ, 15.6 ਦੀ ਫੁੱਲ ਸਕਰੀਨ ਹੈ, ਇਹਦੇ 'ਚ 4GB RAM ਹੈ, 320GB ਹਾਰਡ ਡਿਸਕ ਹੈ, ਪਲੱਸ ਇਹਦਾ ਇੱਕ ਨੂਮੈਰਿਕ ਪੈਡ ਵੀ ਦਿੱਤਾ ਗਿਆ ਹੈ, ਠੀਕ ਹੈ। ਇਹ 15.6 ਜਿਵੇਂ ਅਕਾਊਂਟੈਂਸੀ ਲਈ ਜਾਂ ਬਿਲਿੰਗ ਵਾਸਤੇ ਪਰਪਸ ਲਈ ਯੂਜ਼ ਹੁੰਦਾ, ਬੱਚੇ ਨੂੰ ਸਟੱਡੀ ਲਈ ਵੀ ਯੂਜ਼ ਕਰਦੇ ਹੈ। ਇਸ ਲੈਪਟਾਪ ਦੀ ਵੈਲਿਊ ਵੀ 18,500 ਹੈ, 18,500। ਇਹ ਵੀ ਅਮੈਰੀਕਨ ਪੀਸ ਹੈ, ਅਤੇ ਇਹਦੇ 'ਚ ਤੁਹਾਨੂੰ ਉਹੀ ਬੈਗ ਅਤੇ ਚਾਰਜਰ ਸਭ ਫ੍ਰੀ ਹੋਏਗਾ, 1 month ਦੀ ਹਾਰਡਵੇਅਰ, 1 saal ਦੀ ਸੋਫਟਵੇਅਰ ਵਾਰੰਟੀ ਮਿਲੇਗੀ। ਪ੍ਰਾਈਸ ਇਜ਼ ਨੈਗੋਸ਼ੀਏਬਲ ਅਗੇਨ ਆਈ ਸੈਡ। ਅਤੇ ਅੱਗੇ ਗੱਲ ਕਰਦੇ ਹਾਂ ਡੈੱਲ, ਇਹ ਹੋ ਗਿਆ। ਓਕੇ, ਇਹ ਸੇਮ ਮਾਡਲ ਸੀਗਾ ਡੈੱਲ ਦਾ ਜੋ ਪਹਿਲਾਂ ਆਪਾਂ ਕਵਰ ਅਪ ਕਰ ਚੁੱਕੇ, ਥਿੰਕ ਪੈਡ ਵੀ ਹੋ ਗਿਆ। ਅਤੇ ਆਪਾਂ ਅੱਗੇ ਨੈਕਸਟ ਗੱਲ ਕਰਦੇ ਹਾਂ ਡੈੱਲ ਦੀ। ਇਹ 12.5 inch ਦਾ ਲੈਪਟਾਪ ਹੈ, i5 ਹੈ, 4GB RAM ਹੈ, 250GB ਹਾਰਡ ਡਰਾਈਵ ਹੈ, ਬਹੁਤ ਛੋਟਾ ਸਾਈਜ਼ ਹੈ। ਇਹਦੀ ਕਨਫੀਗਰੇਸ਼ਨ ਸਰ ਕੀ ਹੈ? ਇਹ i5 ਸੈਕਿੰਡ ਜਨਰੇਸ਼ਨ ਹੈ, 4GB RAM, 250GB ਹਾਰਡ ਡਰਾਈਵ, ਅਤੇ 12.5 inch ਸਕਰੀਨ ਹੈ, ਠੀਕ ਹੈ। ਇਸਦੀ ਵੈਲਿਊ ਸਿਰਫ 15,500 ਰੁਪਏ ਹੈ ਸਰ। ਜਿੱਦਾਂ ਕਿ ਆਪਾਂ ਗੱਲ ਕਰਦੇ ਇਹਦੇ ਵਿੱਚ, ਜਿੱਦਾਂ ਤੁਸੀਂ ਇਹਦੀ ਕਨਫੀਗਰੇਸ਼ਨ ਦੱਸੀ, ਜੇ ਆਪਾਂ ਇਹਦੇ ਵਿੱਚ 500 ਤੱਕ ਹਾਰਡ ਡਰਾਈਵ ਕਰਦੇ ਹਾਂ ਤਾਂ ਲਾਈਕ ਇਹਦੇ ਨਾਲ ਰੈਮ ਵੀ ਅਪਡੇਟ ਕਰਨੀ ਪੈਂਦੀ ਹੈ ਜਾਂ ਫਿਰ ਉਹੀ ਰੈਮ 'ਤੇ ਰਨ ਅੱਛਾ ਚੱਲਦਾ ਆ? ਨਹੀਂ, ਰੈਮ ਦੀ ਅਪਡੇਟ ਦੀ ਲੋੜ ਨਹੀਂ ਹੈ, ਜੇ ਤੁਹਾਨੂੰ ਹਾਰਡ ਡਰਾਈਵ ਬੇਸਿਕਲੀ ਸਟੋਰੇਜ ਹੈ, ਤੁਹਾਨੂੰ ਜੇ ਆਪਣੀ ਸਟੋਰੇਜ ਵਧਾਉਣੀ ਹੈ ਤੁਸੀਂ ਹਾਰਡ ਡਰਾਈਵ ਚੇਂਜ ਕਰੋਗੇ, ਠੀਕ ਹੈ। ਤੁਸੀਂ ਉਹਦੀ ਪ੍ਰੋਸੈਸਿੰਗ ਸਪੀਡ ਵਧਾਉਣੀ ਹੈ ਜਾਂ ਬੂਟਅਪ ਸਪੀਡ ਵਧਾਉਣੀ ਹੈ ਤਾਂ ਤੁਸੀਂ ਰੈਮ ਚੇਂਜ ਕਰੋਗੇ, ਰੈਮ ਵਧਾ ਲਓਗੇ, ਠੀਕ ਹੈ। ਦੋਨਾਂ ਦਾ ਅਲੱਗ ਅਲੱਗ ਮੀਨਿੰਗ, ਅਲੱਗ ਅਲੱਗ ਬੈਨੀਫਿਟ ਹੁੰਦਾ, ਠੀਕ ਹੈ। ਉਹ ਕਸਟਮਰ ਦੀ ਜਿੱਦਾਂ ਦੀ ਉਹਦੀ ਰਿਕੁਆਇਰਮੈਂਟ ਹੈ ਉਸ ਹਿਸਾਬ ਨਾਲ ਉਹਦੀ ਰੈਮ ਜਾਂ ਹਾਰਡ ਡਰਾਈਵ ਵੀ ਵਧਾ ਸਕਦੇ ਹਾਂ। ਜਿੱਦਾਂ ਕਿ ਇਹਨਾਂ ਨੇ ਦੱਸਿਆ ਪ੍ਰੋਪਰ ਤਰੀਕੇ ਨਾਲ ਇਹਦੇ ਲੈਪਟਾਪ ਬਾਰੇ ਆਪਾਂ ਅਪਡੇਟ ਵੀ ਕਰ ਸਕਦੇ। ਤੇ ਨੈਕਸਟ ਗੱਲ ਕਰਾਂਗੇ ਆਪਾਂ ਡੈੱਲ ਦਾ, ਇੱਕ ਤੁਹਾਡੇ ਕੋਲ ਹੋਰ ਆਰਟੀਕਲ ਪਿਆ ਡੈੱਲ ਦਾ, ਇਹ ਕਿਹੜੀ ਜਨਰੇਸ਼ਨ ਦਾ ਲੈਪਟਾਪ ਆ, ਕੀ ਪ੍ਰੋਸੈਸਰ ਹੈ? ਇਹ 33 ਮਾਡਲ ਹੈ ਜੀ ਡੈੱਲ ਦਾ, ਸਲੀਕ ਦੇ ਵਿੱਚ ਹੈ, ਜਿਸ ਤਰ੍ਹਾਂ ਅਸੀਂ ਪਹਿਲਾਂ ਦੇਖਿਆ ਸੀ 4th ਜਨਰੇਸ਼ਨ ਹੈ, 5th ਜਨਰੇਸ਼ਨ ਦੇ ਵਿੱਚ ਹੈ, ਠੀਕ ਹੈ ਜੀ। ਇਹਦੇ 'ਚ ਵੀ 4GB RAM, 500GB ਹਾਰਡ ਡਿਸਕ ਹੈ, ਬਾਕੀ ਸਾਰੀ ਚੀਜ਼ਾਂ ਸੇਮ ਹੈ, ਬਸ ਜਨਰੇਸ਼ਨ ਦੀ ਹਾਇਰ ਹੋ ਗਈ, ਠੀਕ ਹੈ ਸਰ। ਅਤੇ ਜਿਵੇਂ ਲਾਸਟ ਲੈਪਟਾਪ ਸੀਗਾ 17,800 ਰੁਪਏ ਦਾ, ਅਤੇ ਇਹ ਹੈਗਾ 18,500 ਰੁਪਏ ਦਾ, ਮਤਲਬ ਕਿ ਜਨਰੇਸ਼ਨ ਦੇ ਨਾਲ ਪ੍ਰਾਈਸ ਥੋੜ੍ਹਾ ਜਿਹਾ ਅਪ ਡਾਊਨ ਹੋ ਜਾਂਦਾ, ਹਾਂ 1000-2000 ਦਾ ਫਰਕ ਪੈ ਜਾਂਦਾ ਜੇ ਸੇਮ ਮਾਡਲ ਹੋਏਗਾ ਤਾਂ, ਠੀਕ ਹੈ ਸਰ। ਇੱਕ ਥਿੰਕ ਪੈਡ ਪਿਆ, ਉਹ ਸੇਮ ਲੈਪਟਾਪ ਆ ਜਿੱਦਾਂ ਕਿ ਆਪਾਂ ਪਹਿਲਾਂ ਕਵਰ ਅਪ ਕੀਤਾ, ਤੁਹਾਡੇ ਕੋਲ 3 ਮਾਡਲ ਪਿਆ ਥਿੰਕ ਪੈਡ ਦੇ, ਉਹਦੇ 'ਚ ਜਨਰੇਸ਼ਨ ਅਪ ਹੋ ਗਈ। ਓਕੇ ਸਰ, ਉਹ ਕਿਹੜੀ ਜਨਰੇਸ਼ਨ ਦਾ ਇੱਕ ਵਾਰ ਦੱਸੋਗੇ? ਉਹ 4th ਜਨਰੇਸ਼ਨ ਆ ਗਿਆ ਜੀ, 4GB ਤੇ 320GB ਦੇ ਨਾਲ ਹੈ, ਠੀਕ ਹੈ। ਉਹ ਵੀ 19,500 ਦਾ, ਠੀਕ ਹੈ। ਪਹਿਲਾਂ 18,500 ਸੀਗਾ, 3rd ਜਨਰੇਸ਼ਨ, 4th ਜਨਰੇਸ਼ਨ 19,500 ਹੋ ਗਿਆ, ਠੀਕ ਹੈ। ਤੇ ਸਰ ਅੱਗੇ ਗੱਲ ਕਰਦੇ ਹਾਂ, ਤੁਹਾਡੇ ਕੋਲ ਪਿਆ ਲੈਪਟਾਪ ਏਸਰ ਦਾ, ਹਾਂਜੀ, ਇਹਦੇ ਬਾਰੇ ਦੱਸੋ ਸਰ ਕੁਝ। ਇਹ ਸਰ ਡਿਊਲ ਕੋਰ ਪ੍ਰੋਸੈਸਰ ਦੇ ਵਿੱਚ ਹੈ, 14-inch ਸਕਰੀਨ ਹੈ, 4GB RAM ਹੈ, 500GB ਹਾਰਡ ਡਿਸਕ ਹੈ। ਤੁਸੀਂ ਇੱਕ ਵਾਰੀ ਇਹਦਾ ਓਵਰਵਿਊ ਦੇਖ ਸਕਦੇ ਹੋ, ਐਸਪਾਇਰ ਦਾ ਓਰੀਜਨਲ ਜੋ ਵੀ ਇਹਦੇ ਵਿੱਚ ਇਨਬਿਲਟ ਹੈਗਾ ਇੰਟਲ ਦਾ, 500GB ਹਾਰਡ ਡਿਸਕ ਇਹਨਾਂ ਨੇ ਟੋਟਲੀ ਮੈਂਸ਼ਨ ਕੀਤਾ ਹੋਇਆ, ਯੂ ਕੈਨ ਸੀ ਦਿਸ। ਐਂਡ ਆਪਾਂ ਸਰ ਗੱਲ ਕਰਦੇ ਹਾਂ ਏਸਰ ਦੀ, ਏਸਰ ਮਤਲਬ ਕਿ ਇਹ ਇੰਡੀਅਨ ਬ੍ਰਾਂਡ ਆ ਜਾਂ ਇੰਪੋਰਟਡ ਲੈਪਟਾਪ ਹੈ? ਲੈਪਟਾਪ ਇੰਪੋਰਟਡ ਹੈ ਜੀ। ਓਕੇ, ਬ੍ਰਾਂਡ ਜਿੰਨੇ ਵੀ ਲੈਪਟਾਪ ਦੇ ਵਿੱਚ ਸਾਰੇ MNC ਹੈ, ਸਾਰੇ ਬਾਹਰਲੇ ਬ੍ਰਾਂਡ ਹੈ। ਓਕੇ, ਬਟ ਇੱਕ ਇੰਡੀਅਨ ਮਾਡਲ ਅਤੇ ਬਾਹਰਲੇ ਮਾਡਲ ਥੋੜ੍ਹੇ ਡਿਫਰੈਂਟ ਹੁੰਦੇ ਹੈ,
ਤਾਂ ਇਹ ਮਾਡਲ ਥੋੜ੍ਹੇ ਤੁਹਾਨੂੰ ਹਲਕੇ ਜਿਹੇ ਅਲੱਗ ਦਿਖਣਗੇ ਇੰਡੀਅਨ ਮਾਡਲ ਨਾਲੋਂ, ਬਟ ਇਹਨਾਂ ਦੀ ਜਿਹੜੀ ਲਾਈਫ ਹੈਗੀ ਹੈ, ਵਰਕਿੰਗ ਹੈ, ਇਫੀਸ਼ੈਂਸੀ ਹੈ, ਉਹ ਇੰਡੀਅਨ ਨਾਲੋਂ ਬੈਟਰ ਹੁੰਦੀ ਹੈ। ਸਰ ਜਿੱਦਾਂ ਕਿ ਆਪਾਂ ਗੱਲ ਕੀਤੀ ਸੀ ਸਾਰੇ ਲੈਪਟੋਪਸ ਬਾਰੇ, ਆਪਾਂ ਗੱਲ, ਮੈਂ ਇੱਕ ਤੁਹਾਡੇ ਤੋਂ ਕੁਐਸਚਨ ਪੁੱਟ ਕਰਨਾ ਭੁੱਲ ਗਿਆ ਸੀਗਾ, ਐਜ਼ ਆਈ ਕਿ ਲਾਈਕ ਜਦੋਂ ਆਪਾਂ ਲੈਪਟੋਪ ਸੈਕਿੰਡ ਹੈਂਡ ਲੈਪਟੋਪ ਲੈਂਦੇ ਹਾਂ ਤਾਂ ਉਹਦੀ ਬੈਟਰੀ ਹੈਲਥ ਦਾ ਕੀ ਹੈ, ਮਤਲਬ ਕਿੰਨੇ ਪਰਸੈਂਟ ਬੈਟਰੀ ਹੁੰਦੀ ਹੈ ਅਤੇ ਕਿੰਨਾ ਟਾਈਮ ਇਹਦਾ ਬੈਕਅਪ ਹੁੰਦਾ ਬੈਟਰੀ ਦਾ? ਬੇਸਿਕਲੀ ਜਦੋਂ ਲੈਪਟੋਪ ਪੁਰਾਣਾ ਆਉਂਦਾ, 2 ਸਾਲ ਜਾਂ 3 ਸਾਲ ਯੂਜ ਹੋਇਆ ਹੁੰਦਾ, ਉਹਦੀ ਬੈਟਰੀ ਵੀ ਉਨੀ ਯੂਜ਼ ਹੋਈ ਹੁੰਦੀ ਹੈ। ਓਕੇ, ਤਾਂ ਤੁਸੀਂ ਮੈਂ ਇਹ ਮੰਨ ਕੇ ਚੱਲ ਸਕਦੇ ਹੋ ਕਿ ਬੈਟਰੀ ਮੇ ਬੀ ਆਉਣ ਵਾਲੇ 1 ਸਾਲ ਦੇ ਵਿੱਚ ਚੇਂਜ ਕਰਵਾਉਣੀ ਪੈ ਸਕਦੀ ਹੈ ਕਸਟਮਰ ਨੂੰ, ਪਰ ਇਹਨਾਂ ਦੀ ਬੈਟਰੀ ਜ਼ਿਆਦਾ ਐਕਸਪੈਂਸਿਵ ਨਹੀਂ ਹੁੰਦੀ। ਓਕੇ, 1200 ਤੋਂ ਲੈ ਕੇ 1500 ਦੇ ਵਿੱਚ ਆਪਾਂ ਨਵੀਂ ਬੈਟਰੀ ਬਾਏ ਕਰ ਸਕਦੇ ਹਾਂ। ਬਾਏ ਕਰ ਸਕਦੇ ਵਿਦ ਵਾਰੰਟੀ? ਵਿਦ ਵਾਰੰਟੀ 1 ਈਅਰ, 1 ਈਅਰ ਦੀ ਵਾਰੰਟੀ। ਉਹਦਾ ਬੈਕਅਪ 2-3 ਘੰਟੇ ਮਾਡਲ ਵਾਈਜ਼ ਮਿਲ ਜਾਂਦਾ। ਠੀਕ ਹੈ ਸਰ, ਸੋ ਏਸਰ ਦਾ ਪ੍ਰਾਈਸ ਰੇਂਜ ਕੀ ਹੈ ਸਰ? ਏਸਰ 14,500 ਰੁਪਏ ਦਾ। ਠੀਕ ਹੈ, 14,500 ਦਾ ਲੈਪਟਾਪ ਤੁਸੀਂ ਜਿੱਦਾਂ ਕਿ ਦੇਖਿਆ ਸੀਗਾ ਕਿ ਬਹੁਤ ਕੰਡੀਸ਼ਨ ਵੀ ਬਿਲਕੁਲ ਓਕੇ ਆ ਲੈਪਟੋਪ ਦੀ, ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਪਿਆ, ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਸਾਰੇ ਲੈਪਟੋਪ ਨੇ ਇੰਪੋਰਟਡ ਨੇ ਅਤੇ ਵਿਦ 1 ਮੰਥ ਦੀ ਵਾਰੰਟੀ ਵੀ ਦਿੰਦੇ ਨੇ, ਅਤੇ ਜੋ ਇਹਨਾਂ ਦੀ 12 ਮੰਥ ਦੀ ਵਾਰੰਟੀ ਆ ਉਹ ਇਹਨਾਂ ਦੀ ਸਰਵਿਸ ਦੀ ਵਾਰੰਟੀ ਆ, ਫਰੀ ਆਫ ਕੋਸਟ ਚੈੱਕ ਕਰਦੇ ਨੇ ਲੈਪਟੋਪ ਨੂੰ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਡੈੱਲ ਦੀ, ਸਰ ਇਹ ਡੈੱਲ ਦੇ ਲੈਪਟੋਪ ਬਾਰੇ ਦੱਸੋ ਜੀ। ਇਹ ਡੈੱਲ ਦਾ ਹੈ ਜੀ ਆਪਣਾ 6520 ਮਾਡਲ ਹੈ, ਸੈਕਿੰਡ ਜਨਰੇਸ਼ਨ ਹੈ, 4 GB ਰੈਮ ਹੈ, 320 GB ਹਾਰਡ ਡਿਸਕ ਹੈ, 15.6 ਸਕਰੀਨ ਹੈ। ਇਹ ਤਕਰੀਬਨ 17,500 ਦਾ ਹੈ। 17,500 ਜੇ ਐਜ਼ ਆਈ ਸੈਡ ਕੇ ਪ੍ਰਾਈਸ ਇਹਨਾਂ ਦੇ ਨੈਗੋਸ਼ੀਏਬਲ ਨੇ। ਸਰ ਇੱਕ ਗੱਲ ਕਰਦੇ ਆ ਕਿ ਟੱਚ ਲੈਪਟੋਪ ਤੁਹਾਡੇ ਕੋਲ ਅਵੇਲੇਬਲ ਹੁੰਦੇ ਨੇ ਸੈਕਿੰਡ ਹੈਂਡ ਦੇ ਵਿੱਚ ਜੋ ਵੀ ਹੁੰਦਾ? ਹਾਂਜੀ, ਟੱਚ ਲੈਪਟੋਪ ਵੀ ਆਉਂਦੇ ਆ, ਮਾਡਲ ਕਾਫੀ ਆਉਂਦੇ ਉਹਨਾਂ ਦੇ ਵਿੱਚ। ਓਕੇ, ਥੋੜੀ ਜਿਹੀ ਪ੍ਰਾਈਸ ਰੇਂਜ ਵੱਧ ਜਾਂਦੀ ਹੈ ਉਹਨਾਂ ਦੀ, ਉਹ ਥੋੜੀ ਕੋਨਫੀਗਰੇਸ਼ਨ ਵੀ ਹਾਇਰ ਹੁੰਦੀ ਹੈ, ਲਾਈਟ ਵੇਟ ਹੁੰਦੇ ਨੇ। ਠੀਕ ਹੈ, ਤੇ ਕਸਟਮਰ ਨੂੰ ਜਿਵੇਂ ਰਿਵੋਲਵਿੰਗ ਹੋ ਗਏ ਜਾਂ ਇਸ ਟਾਈਪ ਦੇ ਲੈਪਟੋਪ ਬਹੁਤ ਆਉਂਦੇ ਨੇ, ਉਹਨਾਂ ਦੀ ਸਟਾਰਟਿੰਗ ਰੇਂਜ 20,000 ਤੋਂ ਸ਼ੁਰੂ ਹੋ ਜਾਂਦੀ ਨੇ ਤੇ ਅਪ ਟੂ 30-35,000 ਚਲੇ ਜਾਂਦੇ ਨੇ। ਠੀਕ ਹੈ ਸਰ, ਸਾਨੂੰ ਕੁਝ ਲਾਈਵ ਡੈਮੋ ਦਿਖਾ ਸਕਦੇ ਤੁਸੀਂ ਟੱਚ ਲੈਪਟੋਪ ਦੀ? ਦਿਖਾ ਰਿਹਾ ਮੈਂ ਤੁਹਾਨੂੰ, ਜਿਹੜਾ ਮਾਡਲ ਦਿਖਾ ਰਿਹਾ ਜੀ HP ਦਾ ਹੈਗਾ, HP ਦੀ ਅਲਟਰਾ ਬੁੱਕ ਹੈ, ਸਲਿਮ ਬੁੱਕ HP ਦੀ। ਠੀਕ ਹੈ ਸਰ, ਇਹ 12.5 ਇੰਚ ਦੇ ਵਿੱਚ ਹੈ, i5 5th ਜਨਰੇਸ਼ਨ ਹੈ, 4 GB ਰੈਮ ਹੈ, 256 GB ਇਹਦੀ ਹਾਰਡ SSD ਹਾਰਡ ਡਰਾਈਵ ਹੈ। ਓਕੇ ਸਰ, ਇਹ ਟੱਚ ਲੈਪਟੋਪ ਹੈ ਪਲੱਸ ਰਿਵੋਲਵਿੰਗ ਹੈ, ਦੇਖ ਸਕਦੇ ਤੁਸੀਂ, ਮੈਂ ਇਹਨੂੰ ਆਪਣੀ ਫਿੰਗਰ ਨਾਲ ਚਲਾ ਰਿਹਾ, ਕੋਈ ਇਹਦੇ ਨਾਲ ਕੋਈ ਮਾਊਸ ਨਹੀਂ ਹੈ, ਕੋਈ ਕੁਛ ਨਹੀਂ ਹੈਗਾ। ਇਹ ਦੇਖੋ Spotify ਨੂੰ ਮੈਂ ਓਪਨ ਕੀਤਾ ਆ, ਹੁਣ ਇੰਟਰਨੈਟ ਐਕਸਪਲੋਰਰ ਜੋ ਵੀ ਹੈ ਟੋਟਲੀ ਟੱਚ ਹੈ ਲੈਪਟੋਪ, ਮਾਈਕਰੋਸਾਫਟ ਆਫਿਸ ਇਨ। ਸਰ ਆਪਾਂ ਗੱਲ ਕਰਦੇ ਹਾਂ ਆਫਿਸ ਦੀ, ਇਹ ਰਿਵੋਲਵਿੰਗ ਵੀ ਆ, ਤੁਸੀਂ ਦੇਖ ਸਕਦੇ ਹੋ ਕਿ ਆਪਾਂ ਇਹਨੂੰ ਡਿਸਪਲੇ ਨੂੰ ਇੱਦਾਂ ਇੱਕ ਲਾਈਕ ਸੇਮ ਸਮਾਰਟ ਆਈਪੈਡ ਜੋ ਹੁੰਦੀ ਆ ਉਹਦੇ ਅਕੋਰਡਿੰਗ ਵੀ ਯੂਜ਼ ਕਰ ਸਕਦੇ ਹਾਂ। ਜਿੱਦਾਂ ਮੈਂ ਆਫਿਸ ਓਪਨ ਕੀਤਾ, ਸਰ ਮੈਂ ਆਫਿਸ ਦੀ ਗੱਲ ਕਰਾਂਗੇ, ਇਹ ਓਰੀਜਨਲ ਇਨਬਿਲਟ ਆ ਜਾਂ ਆਫਟਰ ਮਾਰਕੀਟ ਸੋਫਟਵੇਅਰ ਆ? ਨਹੀਂ, ਜਿਹੜੇ ਇਹਦੇ ਵਿੱਚ ਵਿੰਡੋ ਓਰੀਜਨਲ ਹੁੰਦੀ ਹੈ। ਓਕੇ, ਲੇਕਿਨ ਆਫਿਸ ਵਾਲੇ ਅਦਰ ਸੋਫਟਵੇਅਰ ਆ ਉਹ ਆਪਾਂ ਪਰਚੇਜ਼ ਕਰ ਸਕਦੇ ਹਾਂ ਓਰੀਜਨਲ ਸੋਫਟਵੇਅਰ, ਕੋਈ ਕਸਟਮਰ ਦੀ ਡਿਮਾਂਡ ਹੁੰਦੀ ਆ ਕਿ ਅਸੀਂ ਓਰੀਜਨਲ ਸੋਫਟਵੇਅਰ ਹੀ ਇਹਦੇ ਵਿੱਚ ਰਨ ਕਰਨੇ ਆ, ਸਾ ਉਹਦੀ ਕੋਸਟਿੰਗ ਕੀ ਹੋ ਜਾਂਦੀ ਹੈ? ਸਰ ਸੋਫਟਵੇਅਰ ਦੀ ਕੋਸਟਿੰਗ 11-12,000 ਜਿਵੇਂ MS ਆਫਿਸ ਹੈ ਸਟਾਰਟਿੰਗ ਹੋ ਜਾਂਦੀ ਹੈ, ਸਟੂਡੈਂਟ ਵਰਜਨ ਲਵਾਂਗੇ ਤਾਂ 6,000 ਚ ਮਿਲ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਲੈਪਟੋਪ ਆ ਜੋ ਬਿਲਕੁਲ ਐਜ਼ ਲਾਈਕ ਕਾਪੀ ਆਫ ਲੈਪਟੋਪ ਏਅਰ ਬੁੱਕ ਜੋ ਲੈਪਟੋਪ ਐਪਲ ਦੀ ਆਉਂਦੀ ਹੈ। ਇਸਦਾ ਵੇਟ 1.2 kg ਹੈ। ਓਕੇ, ਇਹ ਫੁੱਲ HD IPS ਹੈ, ਬੈਕ ਲਾਈਟ ਦਾ ਕੀਬੋਰਡ ਹੈ, ਇਹਦਾ ਬੈਕਅਪ ਅਰਾਊਂਡ 5-6 hours ਹੈ। ਇਹਦੀ ਕਨਫੀਗਰੇਸ਼ਨ ਕੀ ਹੈ ਜੀ? i5 5th ਜਨਰੇਸ਼ਨ, 4 GB ਰੈਮ ਤੇ 256 GB SSD। ਠੀਕ ਹੈ ਸਰ, 12.5 ਇੰਚ, 12.5 ਇੰਚ ਦੇ ਵਿੱਚ ਟੱਚ, ਬਹੁਤ ਸੋਹਣਾ ਲੈਪਟੋਪ ਹੈ ਇਹਨਾਂ ਕੋਲ, HP। ਠੀਕ ਹੈ, ਲਾਈਟ ਬੁੱਕ, ਅਤੇ ਤੁਸੀਂ ਦੇਖ ਸਕਦੇ ਹੋ ਕਿ ਲੈਪਟੋਪ ਬਹੁਤ ਜ਼ਿਆਦਾ ਵਧੀਆ, ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਆ, ਕੋਰ i5। ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਓਵਰਵਿਊ ਬਿਲ ਕਲੋਜ਼ ਤੋਂ ਕਿ ਲੈਪਟੋਪ ਬਿਲਕੁਲ ਸਕਰੈਚਲੈਸ ਹੈਗਾ ਆ, ਕੋਈ ਸਕਰੈਚ ਨਹੀਂ ਹੈਗਾ। ਅਤੇ ਸਰ ਪ੍ਰਾਈਸ ਰੇਂਜ ਕਿੰਨੀ ਰਹਿ ਜਾਂਦੀ ਹੈ ਇਹਦੀ ਲੈਪਟੋਪ ਦੀ? ਇਹ ਲੈਪਟੋਪ ਥੋੜ੍ਹਾ ਐਕਸਪੈਂਸਿਵ ਹੋ ਜਾਂਦਾ, ਰੀਜ਼ਨ ਬੀਂਗ ਇਹਦੇ 'ਚ ਟੱਚ ਅਤੇ ਰਿਵੋਲਵਿੰਗ ਹੈ, ਜਨਰੇਸ਼ਨ ਹਾਇਰ ਹੈ, ਇਹ 29,500 ਰੁਪਏ ਦਾ ਲੈਪਟੋਪ ਹੈ। 29,500 ਸਰ, ਇਹਦੀ ਵਾਰੰਟੀ ਫਿਰ ਸੇਮ ਇੰਨੇ ਲੈਪਟੋਪ ਦੀ ਜੋ 1 ਮੰਥ ਹੀ ਤੁਸੀਂ ਦਿੰਦੇ ਜਾਂ ਜ਼ਿਆਦਾ ਇਹਦੀ ਵਾਰੰਟੀ? ਵਾਰੰਟੀ ਪੀਰੀਅਡ ਸੇਮ ਰਹਿੰਦਾ, 1 ਮੰਥ ਇਹਦੀ ਹਾਰਡਵੇਅਰ ਹੈ ਅਤੇ 1 ਸਾਲ ਇਹਦੀ ਸੋਫਟਵੇਅਰ ਦੀ ਹੈ। ਪਰ ਜੇ ਕਸਟਮਰ ਇਹਦੀ 1 ਸਾਲ ਦੀ ਹਾਰਡਵੇਅਰ ਕਰਵਾਉਣਾ ਚਾਹੁੰਦਾ ਤਾਂ 2,000 ਦਾ ਵਾਰੰਟੀ ਪੈਕ ਬਾਏ ਕਰ ਲਵੇ। ਜਿੱਦਾਂ ਕਿ ਆਪਾਂ ਗੱਲ ਕੀਤਾ ਸੀਗਾ ਕਿ 15,500 ਲੈਪਟੋਪ ਦੀ, 18,000 ਲੈਪਟੋਪ ਦੀ 1500 ਪੈਕੇਜ ਵਾਰੰਟੀ ਹੈ, ਅਤੇ ਇਹਦੀ 2,000 ਰੁਪਏ ਦੀ 2,000 ਬਿਕੋਜ਼ ਇਹ ਥੋੜ੍ਹਾ ਲੈਪਟੋਪ ਐਕਸਪੈਂਸਿਵ ਹੈ, ਇਹਦੇ ਪ੍ਰੋਡਕਟ ਸਾਰਾ ਦਾ ਮਤਲਬ ਵਧੀਆ ਕੁਆਲਿਟੀ ਦਾ ਬਣਿਆ ਹੋਇਆ, ਹਰ ਚੀਜ਼ ਪਾਰਟਸ ਮਹਿੰਗੇ ਨੇ, ਤਾਂ ਇਹਦੀ ਵਾਰੰਟੀ 2,000 ਰੁਪਏ ਦੀ ਹੈ। ਜਿਹੜਾ ਲੈਪਟੋਪ 20,000 ਪਲੱਸ ਚਲਾ ਜਾਏਗਾ ਉਹਦੀ ਵਾਰੰਟੀ 2,000 ਦੀ ਹੋਏਗੀ, ਜਿਹੜਾ 20,000 ਤੋਂ ਬਲੋ ਹੋਏਗਾ ਉਹਦੀ 1500 ਦੀ ਹੋਏਗੀ। ਸਰ ਐਜ਼ ਅ ਕਿ ਲਾਈਕ ਇਹ ਆਪਾਂ ਜਿਹੜੇ ਲੈਪਟੋਪ ਨੇ ਆਫੀਸ਼ੀਅਲ ਯੂਜ਼ ਕਰ ਸਕਦੇ ਹਾਂ, ਸਟੱਡੀ ਦੇ ਲਈ ਯੂਜ਼ ਕਰ ਸਕਦੇ, ਕੋਈ ਪ੍ਰੋਬਲਮ ਤਾਂ ਨਹੀਂ ਕ੍ਰੀਏਟ ਹੁੰਦੀ ਸਟੂਡੈਂਟਸ ਨੂੰ ਜਾਂ ਆਫੀਸ਼ੀਅਲ ਵਰਕਰਸ ਨੂੰ? ਨਹੀਂ ਸਰ, ਇਹ ਜਿੰਨੇ ਵੀ ਲੈਪਟੋਪ ਬਾਹਰੋਂ ਆਉਂਦੇ ਆ ਸਾਰੇ ਕਮਰਸ਼ੀਅਲ ਮਾਡਲਸ ਹੁੰਦੇ ਆ, ਤੁਸੀਂ ਇਹਨਾਂ ਨੂੰ ਐਜ਼ ਅ ਸਟੱਡੀ ਲਈ ਯੂਜ਼ ਕਰ ਸਕਦੇ ਹੋ, ਬਿਜ਼ਨਸ ਲਈ ਯੂਜ਼ ਕਰਦੇ ਹੋ, ਆਪਣੀ ਆਫਿਸ ਫੈਕਟਰੀ ਕਿਸੇ ਵੀ ਪਰਪਸ ਲਈ ਇਹਨੂੰ ਤੁਸੀਂ ਪਲਾਨ ਲੈ ਕੇ ਜਾ ਸਕਦੇ ਹੋ। ਜਿੱਦਾਂ ਕਿ
ਆਪਾਂ ਸ਼ੂਟ ਕੀਤੀ ਹੈ ਇੰਪੋਰਟਡ ਲੈਪਟਾਪ ਦੀ, ਕੋਈ ਕਸਟਮਰ ਸਾਨੂੰ ਵੀਵਰ ਸਾਡਾ ਪੁੱਛਦਾ ਹੈ ਕਿ ਇੱਥੇ ਬ੍ਰਾਂਡ ਨਿਊ ਲੈਪਟਾਪ ਵੀ ਅਵੇਲੇਬਲ ਨੇ ਤਾਂ ਤੁਸੀਂ ਅਰੇਂਜ ਕਰਵਾ ਦਿੰਦੇ ਹੋ ਲੈਪਟਾਪ? ਬਿਲਕੁਲ ਸਰ, ਸਾਡੇ ਕੋਲ ਬ੍ਰਾਂਡ ਨਿਊ ਲੈਪਟਾਪ ਵੀ ਹੁੰਦੇ ਨੇ, ਕੋਈ ਜ਼ਿਆਦਾ ਹਾਇਰ ਗੇਮਿੰਗ ਲੈਪਟਾਪ ਚਾਹੀਦਾ ਤੁਸੀਂ ਅਰੇਂਜ ਕਰਵਾ ਦਿੰਦੇ ਹਾਂ, ਸਭ ਹੋ ਜਾਂਦਾ। ਸਰ ਕਸਟਮਰ ਤੁਹਾਡੀ ਸ਼ੋਪ 'ਤੇ ਵਿਜ਼ਿਟ ਕਰਦਾ ਆ ਤਾਂ ਤੁਹਾਨੂੰ ਕਹਿੰਦਾ ਆ ਕਿ ਮੈਨੂੰ ਅਸੂਸ ਦਾ ਗੇਮ ਪੈਡ ਲੈਪਟਾਪ ਚਾਹੀਦਾ ਜੋ ਅੱਜ ਕੱਲ੍ਹ ਕਾਫੀ ਕੋਸਟਲੀ ਮੰਨਿਆ ਜਾਂਦਾ, ਸੋ ਉਹਦੀ ਅਵੇਲੇਬਿਲਟੀ ਹੈਗੀ ਆ ਔਨ ਦਾ ਸਪੋਟ ਜਾਂ ਫਿਰ ਕੁਛ ਸਮ ਆਫ ਡੇਜ਼ ਲੱਗ ਜਾਂਦੇ ਨੇ? ਨਹੀਂ ਸਰ, ਕਈ ਵਾਰੀ ਤਾਂ ਆਲਮੋਸਟ ਤਾਂ ਸੇਮ ਡੇ ਹੀ ਅਵੇਲੇਬਲ ਹੋ ਜਾਂਦਾ, ਜੇ ਕਦੀ ਕੋਈ ਚਾਂਸਿਸ ਹੁੰਦੇ ਕਿਸੇ ਮਾਡਲ ਦੀ ਅਵੇਲੇਬਿਲਟੀ ਕੰਪਨੀ ਕੋਲ ਨਾ ਹੋਵੇ ਤਾਂ ਇੱਕ ਜਾਂ ਦੋ ਦਿਨ 'ਚੋਂ ਵੀ ਹੋ ਜਾਂਦੀ ਹੈ। ਠੀਕ ਹੈ, ਸੋ ਇਹ ਆਪਾਂ ਗੱਲ ਕੀਤੀ ਸੀ ਸੈਕਿੰਡ ਹੈਂਡ ਇੰਪੋਰਟਡ ਲੈਪਟਾਪ ਦੀ ਮਿਸਟਰ ਆਸ਼ੀਸ਼ ਜੈਨ ਨਾਲ, ਜਿੰਨਾ ਕਿ ਇਹਨਾਂ ਨੇ ਤੁਹਾਨੂੰ ਡੀਪਲੀ ਇਨਫੋਰਮੇਸ਼ਨ ਦਿੱਤੀ ਅਬਾਊਟ ਇਟ। ਜੇ ਤੁਸੀਂ ਹੋਰ ਜ਼ਿਆਦਾ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਅਬਾਊਟ ਲੈਪਟਾਪ ਦੀ, ਲੈਪਟਾਪ ਦੇ ਪ੍ਰਾਈਸ ਦੀ ਜਾਂ ਅਪਡੇਸ਼ਨ ਦੀ, ਕੋਈ ਅਪਡੇਟ ਕਰਵਾਉਣਾ ਹਾਰਡ ਡਰਾਈਵ ਜਾਂ ਰੈਮ ਕੋਈ ਵੀ, ਸਰ ਇੱਕ ਗੱਲ ਮੈਂ ਪੁੱਛਣੀ ਭੁੱਲ ਗਿਆ, ਇਹ ਜੋ ਇਹਨਾਂ ਦੇ ਵਿੱਚ ਸੀ ਡੀ ਰੋਮ ਹੁੰਦਾ ਹੈ ਲੈਪਟਾਪਸ ਦੇ ਵਿੱਚ? ਸਰ ਜਿਹੜੇ ਤਾਂ ਥੋੜ੍ਹੇ ਜਿਹੇ ਬੜੇ ਸਾਈਜ਼ 'ਚ ਆਉਂਦੇ ਆ, ਹੈਵੀ ਵੇਟ ਵੀ ਜਾਂਦੇ ਆ, ਉਹਨਾਂ 'ਚ ਤਾਂ ਡੀਵੀ ਰਾਈਟਰ ਹੁੰਦਾ। ਠੀਕ ਹੈ, ਜਿਵੇਂ ਆਪਾਂ ਗੱਲ ਕਰ ਰਹੇ ਸੀ ਛੋਟੇ ਲੈਪਟਾਪ ਦੀ, ਸਲਿਮ ਲੈਪਟਾਪ ਦੀ, ਅਲਟਰਾ ਬੁੱਕਸ, ਇਹਨਾਂ 'ਚ ਡੀਵੀਟਰ ਅੱਜ ਕੱਲ੍ਹ ਨਹੀਂ ਆ ਰਿਹਾ। ਠੀਕ ਹੈ, ਤਾਂ ਉਹ ਸਾਰੇ ਇਨਪੁੱਟਸ ਕਿਉਂਕਿ ਪੈਨ ਡਰਾਈਵ 'ਤੇ ਹੋ ਜਾਂਦੀ ਹੈ। ਆਪਣੇ ਕੋਲ ਐਕਸਟਰਨਲ ਐਲਟਰਨੇਟਿਵ ਸੋਰਸਸ ਹੈਗੇ ਨੇ ਸੀ ਡੀ ਨੂੰ ਅਟੈਚ ਕਰਨ ਦੇ? ਐਕਸਟਰਨਲ ਯੂ ਐਸ ਬੀ ਡੀਵੀ ਰਾਈਟਰ ਆਉਂਦੇ ਨੇ, ਉਹ 1500-1600 ਦੀ ਵੈਲਿਊ 'ਚ ਮਿਲ ਜਾਂਦੇ ਨੇ। ਠੀਕ ਹੈ, ਉਹ ਸਮਾਲ ਜਦੋਂ ਤੁਹਾਡਾ ਕੈਲਕੂਲੇਟਰ ਉਸ ਸਾਈਜ਼ ਦਾ ਹੁੰਦਾ, ਤੁਹਾਨੂੰ ਆਪਣੇ ਬੈਗ 'ਚ ਕੈਰੀ ਨਾਲ ਕਰ ਸਕਦੇ ਹੋ। ਠੀਕ ਹੈ, ਜਿੱਦਾਂ ਕਿ ਆਪਾਂ ਗੱਲ ਕੀਤੀ ਸੀ ਸੈਕਿੰਡ ਹੈਂਡ ਲੈਪਟਾਪ ਦੀ, ਇਹਨਾਂ ਕੋਲ ਸਟਾਕ ਹੋਰ ਵੀ ਅਵੇਲੇਬਲ ਹੈਗਾ, ਇੱਕ ਸਿਰਫ ਆਪਾਂ ਜ਼ਿਆਦਾ ਵੀਡੀਓ ਲੰਬੀ ਨਹੀਂ ਕਰ ਸਕਦੇ ਸੀ ਕਿਉਂਕਿ ਕਈ ਵਾਰ ਵੀਵਰਸ ਸਾਡੇ ਇਰੀਟੇਟ ਹੋ ਜਾਂਦੇ ਨੇ ਕਿ ਬਹੁਤ ਲੈਂਥੀ ਵੀਡੀਓ ਆ, ਸੋ ਆਪਾਂ ਲੈਪਟਾਪ ਦੀ ਵੀਡੀਓ ਸ਼ੂਟ ਕੀਤੀ ਹੈ। ਜੇ ਤੁਸੀਂ ਹੋਰ ਇਨਫੋਰਮੇਸ਼ਨ ਲੈਣੀ ਆ, ਇਨਫੋਰਮੇਸ਼ਨ ਅਬਾਊਟ ਨਿਊ ਅਸੈਸਰੀ ਦੀ, ਤਾਂ ਸਾਰੀ ਅਸੈਸਰੀ ਵੀ ਅਵੇਲੇਬਲ ਹੈਗੀ ਇਹਨਾਂ ਦੇ ਕੋਲ, ਅਤੇ ਇਹਨਾਂ ਦੇ ਕੋਲ ਲੈਪਟਾਪ ਤੋਂ ਬਿਨਾਂ ਸਰ ਤੁਹਾਡੇ ਕੋਲ ਡੈਸਕਟਾਪ ਵੀ ਸੈਕਿੰਡ ਹੈਂਡ ਦੇ ਵਿੱਚ ਅਵੇਲੇਬਿਲਟੀ ਮਿਲ ਜਾਂਦੀ ਆ? ਬਿਲਕੁਲ ਸਰ, ਆਪਣੇ ਕੋਲ ਡੈਸਕਟਾਪ ਦੀ ਬਹੁਤ ਰੇਂਜ ਹੈ, ਡੈਸਕਟਾਪ ਵੀ ਸਾਰਾ ਇੰਪੋਰਟ ਦਾ ਆਉਂਦਾ ਆਪਣੇ ਕੋਲ, ਸਾਰੇ ਅੱਛੇ ਬ੍ਰਾਂਡ ਹੈ, ਡੈੱਲ, ਐਚ ਪੀ, ਲਨੋਵੋ, ਫਜੂਸੂ, ਜਿੰਨੇ ਮੇਨ ਬ੍ਰਾਂਡ ਕਮਰਸ਼ਲ ਦੇ ਵਿੱਚ ਆਉਂਦੇ ਹੋ ਸਾਰੇ ਬ੍ਰਾਂਡ ਆਪਣੇ ਕੋਲ। ਸਰ ਤੁਸੀਂ ਸਾਨੂੰ ਦੱਸ ਸਕਦੇ ਹੋ ਲਾਈਵ ਉਹਨਾਂ ਦੇ ਬਾਰੇ, ਡੈਸਕਟਾਪ ਬਾਰੇ, ਜਿੱਦਾਂ ਤੁਸੀਂ ਲੈਪਟਾਪ ਦੀ ਬੈਟਰ ਇਨਫੋਰਮੇਸ਼ਨ ਦਿੱਤੀ ਆ ਸਾਡੇ ਵੀਵਰਸ ਨੂੰ ਹੈਲਪਫੁਲ ਹੋਏਗੀ ਨਾ? ਠੀਕ ਹੈ, ਇਹਦੇ ਵਿੱਚ ਤੁਹਾਨੂੰ ਸਾਰੇ ਬ੍ਰਾਂਡ ਮਿਲ ਜਾਣਗੇ, ਡੈੱਲ, ਐਚ ਪੀ, ਲਨੋਵੋ, ਫਜੀਸੂ, ਇਹਦੇ ਤੁਹਾਨੂੰ ਹਰ ਤਰ੍ਹਾਂ ਦੀ ਕੋਨਫੀਗੇਸ਼ਨ ਮਿਲ ਜਾਏਗੀ, ਡੂਲ ਕੋਰ ਤੋਂ ਲੈ ਕੇ i7 ਤੱਕ ਮਿਲ ਜਾਣਗੇ, ਜੀਬੀ ਪੀਸੀ ਮਿਲ ਜਾਣਗੇ, ਤੁਸੀਂ ਆਪਣੇ ਹਿਸਾਬ ਨਾਲ 4GB, 8GB, 16GB ਰੈਮ ਲੈ ਸਕਦੇ ਹੋ, ਤੁਸੀਂ ਆਪਣੇ ਹਿਸਾਬ ਨਾਲ ਹਾਰਡ ਡਰਾਈਵ ਇਹਨੂੰ ਮੈਨੇਜ ਕਰ ਸਕਦੇ ਹੋ। ਆਪਾਂ ਐਚ ਪੀ ਦਾ ਤੁਹਾਡੇ ਕੋਲ ਪਿਆ ਅਤੇ ਉਸ ਤੋਂ ਬਾਅਦ ਆਪਣੇ ਕੋਲ ਡੈੱਲ ਦੇ ਵੀ ਪਏ ਆ ਤੁਹਾਡੇ ਕੋਲ, ਡੈੱਲ ਤੋਂ ਬਾਅਦ ਐਚ ਪੀ ਤੁਹਾਡੇ ਕੋਲ, ਇਹਨਾਂ ਦੀ ਪ੍ਰਾਈਸ ਰੇਂਜ ਕੀ ਰਹਿੰਦੀ ਗੱਲ ਕਰਦੇ ਆਪਾਂ ਐਚ ਪੀ ਦੇ ਡੈਸਕਟੋਪ ਦੀ, ਇਹਦੇ ਨਾਲ ਕੀ ਚੀਜ਼ਾਂ ਤੁਸੀਂ ਪ੍ਰੋਵਾਈਡ ਕਰਾਉਂਦੇ ਹੋ ਜਿੱਦਾਂ ਕਿ ਲੈਪਟਾਪ ਨਾਲ, ਨਿਊ ਬੈਗ, ਨਿਊ ਚਾਰਜਰ, ਇਹਦੇ ਨਾਲ ਵੀ ਕੁਛ ਐਕਸਟਰਾ ਅਸੈਸਰੀ ਪ੍ਰੋਵਾਈਡ ਕਰਵਾਉਂਦੇ? ਐਕਚੁਅਲੀ ਡੈਸਕਟੋਪ ਦੇ ਨਾਲ ਕੋਈ ਐਕਸਟਰਾ ਅਸੈਸਰੀ ਨਹੀਂ ਹੁੰਦੀ, ਡੈਸਕਟੋਪ ਤਾਂ ਜਿਵੇਂ ਤੁਸੀਂ ਇੱਕ ਪੀ ਸੀ ਲੈਂਦੇ ਹੋ, ਸੀ ਪੀ ਯੂ ਲੈ ਲੈਂਦੇ ਹੋ, ਠੀਕ ਹੈ, ਸੀ ਪੀ ਯੂ ਦੀ ਵੈਲਿਊ 5500-6000 ਤੋਂ ਸ਼ੁਰੂ ਹੋ ਜਾਂਦੀ ਨੇ, 4GB ਦੇ ਰੈਮ ਜਾਂ 320GB ਹਾਰਡ ਡਰਾਈਵ ਦੇ ਨਾਲ, ਤੁਸੀਂ ਉਸ ਹਿਸਾਬ ਨਾਲ ਜਿੱਦਾਂ ਜਿੱਦਾਂ ਆਪਣੀ ਕੋਨਫੀਗਰੇਸ਼ਨ ਵਧਾਉਂਦੇ ਹੋ, i3 ਕਰਦੇ ਹੋ, i5 ਕਰਦੇ ਹੋ, ਉਹਦਾ ਪ੍ਰਾਈਸ ਵੱਧ ਜਾਂਦਾ ਹੈ, ਬਟ ਇਹਦੇ ਨਾਲ ਕੁਝ ਐਕਸਟਰਾ ਅਸੈਸਰੀ ਫ੍ਰੀ ਨਹੀਂ ਹੁੰਦੀ। ਤੁਸੀਂ ਇਹਦੇ ਨਾਲ ਕੀਬੋਰਡ, ਮਾਊਸ ਜਾਂ LED ਜੇ ਸਾਡੇ ਕੋਲ ਇੰਬੋਰਡ ਦੀ LED ਆ, ਤੁਸੀਂ ਦੇਖ ਰਹੇ 19-inch ਪਈਆਂ, ਇਹਨੂੰ ਬਾਏ ਕਰਨਾ ਹੈ ਬੜੇ ਅੱਛੇ ਰੇਟ 'ਤੇ, 2650 ਵਿੱਚ 19-inch HP ਦੀ LED। ਇੱਕ ਵਾਰੀ ਤੁਹਾਨੂੰ ਅਸੀਂ ਓਵਰਵਿਊ ਦਿਖਾਉਂਦੇ ਜਿਹੜੀ ਇਹਨਾਂ ਕੋਲ LED ਪਈ ਆ, ਕਿੰਨੀ ਪ੍ਰਾਈਸ ਦੱਸਿਆ ਸਰ ਤੁਸੀਂ ਉਹਦਾ? 2650 ਦੇ ਵਿੱਚ 19-inch LED ਜੋ ਕਿ ਇਹਨਾਂ ਕੋਲ ਇੰਪੋਰਟਡ ਪਈ ਆ, ਤੁਹਾਨੂੰ ਇੱਕ ਓਵਰਲੁੱਕ ਦਿੰਦੇ ਆ ਕਲੋਜ਼ ਤੋਂ ਜਾ ਕੇ, ਤੁਸੀਂ ਦੇਖ ਸਕਦੇ ਹੋ ਕਿ ਸਰ ਜਿੱਦਾਂ ਕਿ ਆਪਾਂ ਇਹਦੀ ਗੱਲ ਕਰਦੇ ਹਾਂ 2650 ਰੁਪਏ MRP 19-inch LED ਦੀ, ਇਹਦੀ ਵਾਰੰਟੀ ਵਗੈਰਾ ਤੁਸੀਂ ਪ੍ਰੋਵਾਈਡ ਕਰਵਾਉਂਦੇ ਹੋ ਸਰ? ਬਿਲਕੁਲ ਜੀ, ਜਿਵੇਂ ਲੈਪਟਾਪ ਦੇ ਵਿੱਚ 1 month ਵਾਰੰਟੀ ਹੈ, ਸੇਮ ਅਸੀਂ LED 'ਚ ਵੀ 1 month ਵਾਰੰਟੀ ਦਿੰਦੇ ਹਾਂ, ਬਿਕੋਜ਼ ਇੰਪੋਰਟ ਦੀ LED ਪਿੱਛੋਂ ਕੰਪਨੀ ਵੱਲੋਂ ਕੋਈ ਵਾਰੰਟੀ ਨਹੀਂ ਹੁੰਦੀ, ਬਟ ਅਸੀਂ ਆਪਣੇ ਸਟੋਰ ਵੱਲੋਂ ਦੀ 1 month ਵਾਰੰਟੀ ਦਿੰਦੇ ਵੀ ਕਸਟਮਰ 1 month ਵਿੱਚ ਚੈੱਕ ਕਰ ਲਵੇ ਉਹਦਾ ਪ੍ਰੋਡਕਟ ਓਕੇ ਹੈ। ਓਕੇ, ਕਿਉਂਕਿ LED ਇੱਕ ਵਾਰੀ ਠੀਕ ਹੈ, ਔਨ ਹੋ ਜਾ ਰਹੀ ਹੈ, ਚੱਲ ਰਹੀ ਹੈ, ਤਾਂ 5-7 ਸਾਲ ਕਿਤੇ ਨਹੀਂ ਜਾਂਦੀ, ਠੀਕ ਹੈ, ਉਹ 'ਚ ਕੋਈ ਖਰਾਬ ਨਹੀਂ। ਸਰ ਜਿੱਦਾਂ ਕਿ ਆਪਾਂ ਡੈਸਕਟਾਪ ਦੀ ਗੱਲ ਕੀਤੀ, ਇੱਕ ਪੂਰੇ ਸੈੱਟ ਦਾ ਪ੍ਰਾਈਸ ਦੱਸ ਦਿਓ, ਇੱਕ i3 ਸੈੱਟ ਦਾ ਪ੍ਰਾਈਸ ਦੱਸ ਦਿਓ, ਤੁਹਾਡੇ ਕੋਲ i5 ਦਾ ਦੱਸ ਦਿਓ, ਜੇ ਇਸ ਤੋਂ ਵੀ ਅਪਰ ਪ੍ਰੋਸੈਸਰ ਹੈਗਾ ਤਾਂ ਉਹਦਾ ਇੱਕ ਪੂਰੇ ਸੈਟਅਪ ਦਾ ਪ੍ਰਾਈਸ ਦੱਸ ਦਿਓ ਵੀ ਕਿੰਨਾ ਹੋ ਸਕਦਾ। ਜਿਵੇਂ ਇੱਕ ਆਪਾਂ i3 ਲੈਂਦੇ ਹਾਂ, i3 4GB RAM, 500GB ਹਾਰਡ ਡਿਸਕ ਅਤੇ 19-inch LED ਕੀਬੋਰਡ ਮਾਊਸ ਲਗਾ ਕੇ, ਅਤੇ ਤਕਰੀਬਨ ਇਹ ਮਸ਼ੀਨ ਪੈ ਜਾਂਦੀ 10,500 ਦੀ। 10,500 ਦੇ ਪ੍ਰਾਈਸ ਨੈਗੋਸ਼ੀਏਬਲ ਆ ਸਰ, ਫਲੈਟ ਪ੍ਰਾਈਸ ਆ ਡੈਸਕਟਾਪ ਦੇ ਵਿੱਚ? ਪ੍ਰਾਈਸ ਨੈਗੋਸ਼ੀਏਬਲ ਹੈ, ਟਾਈਮ ਟੂ ਟਾਈਮ ਪ੍ਰਾਈਸ ਚੇਂਜ ਵੀ ਹੁੰਦੇ ਰਹਿੰਦੇ ਨੇ, ਕਦੀ ਵੱਧ ਵੀ ਜਾਂਦੇ ਨੇ, 500 ਕਦੀ ਘੱਟ ਵੀ ਜਾਂਦੇ ਨੇ। ਸੋ ਇਹਨਾਂ ਦਾ ਕਹਿਣਾ ਹੈ ਕਿ ਪ੍ਰਾਈਸ ਆ ਜੋ ਉਹ ਉੱਪਰ ਥੱਲੇ ਹੁੰਦਾ ਰਹਿੰਦਾ ਆ। ਸੋ ਸਾਡੀ ਵੀਡੀਓ ਤੁਸੀਂ ਅੱਜ ਅਸੀਂ ਸ਼ੂਟ ਕੀਤੀ ਆ, ਕੱਲ੍ਹ ਅਪਲੋਡ ਕਰਾਂਗੇ, ਤਾਂ ਦੈਟ ਮੀਨ ਕਿ ਪ੍ਰਾਈਸ ਜੋ ਹੋਏਗਾ ਉਹ ਐਟ ਦਾ ਪੁਆਇੰਟ ਨੈਗੋਸ਼ੀਏਬਲ ਹੋਏਗਾ। ਤੁਸੀਂ ਵਿਜ਼ਿਟ ਕਰੋਗੇ ਸਟੋਰ 'ਤੇ, ਅਤੇ ਇੱਥੇ ਆ ਕੇ ਤੁਸੀਂ ਇਹਨਾਂ ਤੋਂ ਜੋ ਵੀ ਤੁਹਾਡੀ ਡਿਮਾਂਡ ਆ ਲੈਪਟਾਪ ਦੀਆਂ ਨਿਊ ਅਸੈਸਰੀ ਦੇ, ਤੋਂ ਪ੍ਰਾਈਜ਼
ਸੋ ਡੈਸਕਟਾਪ ਇੱਕ ਤੁਸੀਂ 10,500 ਦੱਸਿਆ ਤੇ ਇਸ ਤੋਂ ਅਪਰ ਪ੍ਰੋਸੈਸਰ ਦਾ ਪ੍ਰਾਈਸ ਕੀ ਰਹਿੰਦਾ ਟੋਟਲ ਸੈਟਅਪ ਜੇ ਆਪਾਂ ਇਹਦੇ ਵਿੱਚ i5 ਲੈਨੇ ਆ ਜੀ i5 ਪ੍ਰੋਸੈਸਰ ਦੀ ਮਸ਼ੀਨ ਸੇਮ ਮਸ਼ੀਨ 4,500 ਇੰਚ ਦੇ ਨਾਲ 12,500 ਚ ਮਿਲ ਜਾਏਗੀ ਮਤਲਬ ਕਿ 2,000 ਦਾ ਡਿਫਰੈਂਸ ਆ ਜੇ ਆਪਾਂ i5 ਪ੍ਰੋਸੈਸਰ ਵੱਲ ਜਾਂਦੇ ਆ ਤੇ ਇਸ ਤੋਂ ਵੀ ਅਪਰ ਪ੍ਰੋਸੈਸਰ ਮੈਂ ਅਵੇਲੇਬਲ i7 ਦੀ ਮਸ਼ੀਨ ਮਿਲ ਜਾਏਗੀ 16,500 ਚ i7 ਦੀ ਮਸ਼ੀਨ ਜਿਹੜੀ ਇਹਨਾਂ ਕੋਲੇ ਅਵੇਲੇਬਲ ਹੈਗੀ ਆ ਡਿਫਰੈਂਸ ਦਾ 4,000 ਰੁਪੀਜ਼ ਆਪਾਂ ਉਹਨੂੰ 16,500 ਰੁਪਏ ਦੀ ਲੈ ਸਕਦੇ ਹਾਂ ਇਹਨਾਂ ਤੋਂ ਤੇ ਵਾਰੰਟੀ ਸਰ ਵਾਰੰਟੀ ਜਿਹੜੀ ਡੈਸਕਟੋਪ ਤੇ ਉਹ 1 ਸਾਲ ਦੀ ਹੈ 1 ਸਾਲ ਦੀ ਵਾਰੰਟੀ ਪ੍ਰੋਵਾਈਡ ਕਰਾਉਂਦੇ ਆ ਡੈਸਕਟੋਪ ਦੀ ਸੇਮ ਲਾਈਕ ਨਿਊ ਜਿੱਦਾਂ ਕਿ ਆਪਾਂ ਨਿਊ ਅਸੈਂਬਲ ਕਰਾਉਂਦੇ ਆ ਬਟ ਇਹ ਟੋਟਲੀ ਬ੍ਰਾਂਡਡ ਆ HP ਕੰਪਨੀ ਦਾ ਡੈਲ ਕੰਪਨੀ ਦਾ ਟੋਟਲੀ ਬ੍ਰਾਂਡਡ ਲੈਪਟਾਪ ਆ ਇਹਦੇ ਵਿੱਚ ਵੀ ਐਜ਼ ਕੋਈ ਰਿਪਲੇਸਮੈਂਟ ਨਹੀਂ ਹੈਗੀ ਸਰ ਜੋ ਕਿ ਜਿੱਦਾਂ ਮੈਂ ਤੁਹਾਨੂੰ ਲੈਪਟਾਪ ਦੇ ਵਿੱਚ ਪੁੱਛਿਆ ਸੀ ਕਿ ਵੀਵਰਸ ਕਹਿੰਦੇ ਨੇ ਕਿ ਓਲਡ ਲੈਪਟਾਪ ਦੇ ਵਿੱਚ ਕੁਝ ਚੇਂਜਸ ਹੋ ਜਾਂਦੀਆਂ ਨੇ ਇਹਦੇ ਵਿੱਚ ਕੁਝ ਇਹਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਰੈਮ ਤੇ ਹਾਰਡ ਡਰਾਈਵ ਆਲਰੇਡੀ ਨਿਊ ਲੱਗਦੀ ਹੈ ਓਕੇ ਉਹ ਕਸਟਮਰ ਨੂੰ ਪਤਾ ਹੁੰਦਾ ਵੀ ਇੱਥੇ ਨਵੀਂ ਰੈਮ ਤੇ ਹਾਰਡ ਲਗਾ ਰਹੇ ਹਾਂ ਡਿਊ ਟੂ ਅਸੀਂ ਉਹਨਾਂ ਨੂੰ 1 ਸਾਲ ਦੀ ਵਾਰੰਟੀ ਦੇਣੀ ਹੈ ਠੀਕ ਹੈ ਜੇ ਅਸੀਂ ਪੁਰਾਣੀ ਰੈਮ ਹਾਰਡ ਦਿੰਦੇ ਹਾਂ ਤਾਂ ਜਦੋਂ ਇਸ਼ੂ ਆਉਂਦੇ ਪ੍ਰੋਬਲਮ ਆ ਜਾਂਦੀ ਹੈ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਹਾਰਡ ਡਰਾਈਵ ਆਪਣੇ ਕੋਲੋਂ ਤੇ ਰੈਮ ਆਪਣੇ ਕੋਲੋਂ ਨਿਊ ਇੰਸਟਾਲ ਕਰਕੇ ਦਿੰਦੇ ਹਾਂ ਕਿਉਂਕਿ ਜੇ ਇਨ ਕੇਸ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹ ਰਿਸਪੋਨਸੀਬਲ ਹੈਗੇ ਨੇ ਬਿਕਾਜ਼ ਆਫ ਲਾਈਕ ਇਹਨਾਂ ਨੇ ਨਿਊ ਅਸੈਸਰੀ ਪਾਈ ਹੁੰਦੀ ਹੈ ਹਾਰਡ ਡਿਸਕ ਔਰ ਰੈਮ ਸੋ ਗੱਲ ਕਰਦੇ ਹਾਂ i7 ਪ੍ਰਾਈਸ ਜਿੱਦਾਂ ਤੁਸੀਂ ਦੱਸਿਆ 16,500 ਜੇ ਕਿਸੇ ਨੇ ਤੁਹਾਡੇ ਕੋਲੋਂ LED ਜਿੱਦਾਂ ਕਿ ਤੁਸੀਂ ਦੱਸਿਆ 19 ਇੰਚ ਆ ਉਹਨੂੰ ਅਪ ਕਰਾਉਣਾ ਹੋਵੇ 22 ਚ ਲੈਣਾ ਹੋਵੇ 24 ਚ ਲੈਣਾ ਹੋਵੇ ਤਾਂ ਤੁਹਾਡੇ ਕੋਲ ਅਵੇਲੇਬਿਲਟੀ ਹੈਗੀ ਹੈ ਬਿਲਕੁਲ ਹੈ ਜੀ 22 ਵੀ ਮਿਲ ਜਾਂਦੀ ਹੈ ਇੰਪੋਰਟ ਦੀ LED ਇੱਥੇ 22 LED 3850 ਰੁਪਏ ਦੀ ਹੈ 1200 ਰੁਪਏ ਐਡ ਕਰਕੇ 22 ਇੰਚ ਮਿਲ ਜਾਏਗੀ HP ਦੀ 1200 ਰੁਪਏ ਐਡ ਕਰਕੇ ਤੁਹਾਨੂੰ HP ਦਾ ਅਪਰ ਮਾਡਲ ਮਿਲ ਜਾਏਗਾ 19 to 22 inch ਮਿਲ ਜਾਏਗੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਕੋਲੇ ਬਹੁਤ ਜ਼ਿਆਦਾ ਇੱਥੇ ਸੈਕਿੰਡ ਹੈਂਡ ਡੈਸਕਟੋਪ ਕੰਪਿਊਟਰਸ ਪਏ ਨੇ ਸਰ ਇੱਕ ਲਾਸਟ ਦੇ ਵਿੱਚ ਤੁਹਾਡੇ ਕੋਲ LED ਪਈ ਆ ਉਹ ਕਿੰਨੇ ਇੰਚ ਦੀ ਆ ਉਹ 17 ਇੰਚ ਦੀ ਆ 17 ਇੰਚਸ ਸਰ ਜੀ ਉਹਦੇ ਨਾਲ ਕੋਈ i5 i7 ਲੈਂਦਾ ਜਾਂ i3 ਲੈਂਦਾ ਤਾਂ ਪ੍ਰਾਈਸ ਕੀ ਹੋ ਜਾਏਗਾ ਉਹਦਾ ਜਿਸ ਤਰ੍ਹਾਂ i5 ਸੀਗਾ 12,500 19 ਇੰਚ ਦੇ ਨਾਲ ਹਾਂਜੀ ਤੇ ਇਹਦੇ ਨਾਲ ਪੈ ਜਾਏਗਾ ਤੁਹਾਨੂੰ 12,200 ਰੁਪਏ 300 ਰੁਪਏ ਕੱਟ ਜਾਣਗੇ ਓਕੇ 300 ਰੁਪਏ ਦਾ ਡਿਫਰੈਂਸ ਆ ਸਰ ਇੱਕ ਤੁਹਾਡੇ ਕੋਲ ਮਸ਼ੀਨ HCL ਦੀ ਵੀ ਪਈ ਆ ਲਾਈਕ ਇਹ ਕੋਈ ਕੁਝ ਇਹਨਾਂ ਦੇ ਵਿੱਚ ਸਪੈਸ਼ਲ ਐਡੀਸ਼ਨ ਹੈਗੇ ਕੋਈ ਗੇਮਰ ਕੋਈ ਹੁੰਦਾ ਵੀਵਰ ਸਾਡਾ ਕਿ ਮੈਂ ਗੇਮਿੰਗ ਪਲੇ ਕਰਨੀ ਆ ਮੇਰੇ ਕੋਲ ਇਹਨਾਂ ਦੇ ਵਿੱਚ ਸੈਕਿੰਡ ਤੋਂ ਲੈ ਕੇ 3rd ਜਨਰੇਸ਼ਨ 4th ਜਨਰੇਸ਼ਨ 6th ਜਨਰੇਸ਼ਨ ਤੱਕ PC ਆਉਂਦੇ ਆ ਜਿਹੜੇ 4 ਐਂਡ 6th ਜਨਰੇਸ਼ਨ PC ਉਹ ਦੋਨੋਂ ਗੇਮਿੰਗ ਲਈ ਯੂਜ਼ ਹੁੰਦੇ ਆ ਉਹਨਾਂ ਦੇ ਵਿੱਚ ਐਕਸਟਰਾ ਗ੍ਰਾਫਿਕ ਕਾਰਡ ਲਗਾਏ ਜਾ ਸਕਦੇ ਨੇ ਕਸਟਮਰ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ 2GB ਜਾਂ 4GB ਆਪਾਂ ਐਡ ਕਰ ਸਕਦੇ ਆ ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਜੇ ਕੋਈ ਸਪੈਸ਼ਲ ਗੇਮ ਦੇ ਲਈ ਲੈਣਾ ਚਾਹੁੰਦਾ ਤਾਂ ਉਹਦੇ ਲਈ ਆਪਣੇ ਕੋਲੇ ਅਲਟਰਨੇਟਿਵ ਸੋਰਸਸ ਹੈਗੇ ਨੇ ਆਪਾਂ ਉਹਦੇ ਵਿੱਚ ਗ੍ਰਾਫਿਕ ਕਾਰਡ ਇੰਸਟਾਲ ਕਰਵਾ ਸਕਦੇ ਆ 2GB 1GB ਜਿੰਨਾ ਵੀ ਇਹਨਾਂ ਦਾ ਹੈ ਰਿਕੁਆਇਰਮੈਂਟ ਤੁਹਾਡੀ ਉਹ ਕਰਵਾ ਸਕਦਾ ਸਰ ਗ੍ਰਾਫਿਕ ਕਾਰਡ ਦਾ ਕੀ ਪ੍ਰਾਈਸ ਰਹਿ ਜਾਂਦਾ ਗ੍ਰਾਫਿਕ ਕਾਰਡ ਜਿਵੇਂ 2GB ਦਾ ਗ੍ਰਾਫਿਕ ਕਾਰਡ ਅਰਾਊਂਡ 3000 ਤੋਂ ਸਟਾਰਟਿੰਗ ਹੋ ਜਾਂਦੀ ਹੈ ਓਕੇ 3000 ਤੋਂ ਲੈ ਕੇ 4,000-4500 ਦਾ ਗ੍ਰਾਫਿਕ ਕਾਰਡ ਮਾਡਲ ਵਿੱਚ ਚਲੇ ਜਾਂਦੇ ਨੇ ਠੀਕ ਹੈ ਸਰ ਤੇ 4GB ਗ੍ਰਾਫਿਕ ਕਾਰਡ ਆ ਉਹ 6400 ਤੋਂ ਸਟਾਰਟਿੰਗ ਹੋ ਜਾਂਦੀ ਹੈ 6400 ਸਰ ਉਹਦੀ ਜੋ ਆਪਾਂ ਗ੍ਰਾਫਿਕ ਕਾਰਡ ਪਾਉਂਦੇ ਆ ਉਹਦਾ ਮਤਲਬ ਕਿ ਵਾਰੰਟੀ ਪ੍ਰੋਵਾਈਡ ਕਰਵਾਉਂਦੇ ਹੋ ਤੁਸੀਂ ਨੈਚੁਰਲੀ ਗ੍ਰਾਫਿਕ ਕਾਰਡ ਦੀ ਵਾਰੰਟੀ 3 ਸਾਲ ਕੰਪਨੀ ਵੱਲੋਂ ਮਿਲਦੀ ਹੈ ਔਰ ਨਿਊ ਬਾਕਸ ਪੈਕ ਹੀ ਲੱਗਣਾ ਹੈ ਠੀਕ ਹੈ ਸਰ ਪਰ ਮੈਂ ਦਿਖਾ ਵੀ ਸਕਦਾ ਗ੍ਰਾਫਿਕ ਕਾਰਡ ਸਰ ਗ੍ਰਾਫਿਕ ਕਾਰਡ ਦੀ ਆਪਾਂ ਲੁੱਕ ਦੇਖਦੇ ਆ ਕਿ ਆਪਾਂ ਗੇਮਿੰਗ ਚਲਾਉਣ ਦੇ ਲਈ ਕੁਝ ਜ਼ਿਆਦਾ ਵੱਡੀਆਂ ਗੇਮਸ ਜਿੱਦਾਂ ਕਿ ਅੱਜ ਕੱਲ ਪਬਜੀ ਯੰਗਸਟਰ ਦੇ ਵਿੱਚ ਬੜੀ ਕ੍ਰੇਜ਼ੀ ਆ ਗੇਮ ਆਪਾਂ ਪਬਜੀ ਗੇਮ ਖੇਡਣੀ ਆ ਤਾਂ ਆਪਣੇ ਕੋਲੇ ਅਲਟਰਨੇਟਿਵ ਸੋਰਸਸ ਹੈਗੇ ਨੇ ਡੈਸਕਟਾਪ ਦੇ ਵਿੱਚ ਵੀ ਆਪਾਂ ਗ੍ਰਾਫਿਕ ਕਾਰਡ ਅਪਡੇਟ ਕਰ ਸਕਦੇ ਆਪਾਂ ਲੁੱਕ ਦੇਖਦੇ ਗ੍ਰਾਫਿਕ ਕਾਰਡ ਦੀ ਜਿੱਦਾਂ ਕਿ ਇਹ ਗ੍ਰਾਫਿਕ ਕਾਰਡ ਨਵੀਡੀਆ ਦਾ 2GB ਦਾ ਗ੍ਰਾਫਿਕ ਕਾਰਡ ਆ ਜਿੱਦਾਂ ਕਿ ਇਹਨਾਂ ਨੇ ਪ੍ਰਾਈਸ ਦੱਸੇ ਕਿ 3000 ਤੋਂ ਸਟਾਰਟ ਹੋ ਜਾਂਦੇ 2GB 64-bit DDR3 ਇਹ DDR3 ਕੰਪਿਊਟਰ ਦੇ ਵਿੱਚ ਇੰਸਟਾਲ ਹੁੰਦਾ ਤੇ ਨੈਕਸਟ ਗੱਲ ਕਰਦੇ ਆ ਇਹਨਾਂ ਕੋਲੇ ਹੋਰ ਆ 4GB ਦਾ ਗ੍ਰਾਫਿਕ ਨਵੀਡੀਆ ਦਾ ਜਿਹਦੀ ਕਿ 6400 ਪ੍ਰਾਈਸ ਰੇਂਜ ਆ 3 ਈਅਰ ਦੀ ਵਾਰੰਟੀ ਤੁਸੀਂ ਮੈਂਸ਼ਨ ਦੇਖ ਸਕਦੇ ਹੋ ਕਿ ਕੰਪਨੀ ਨੇ ਮੈਂਸ਼ਨ ਕੀਤੀ ਹੋਈ 3 ਸਾਲ ਦੀ ਵਾਰੰਟੀ ਕੰਪਨੀ ਪ੍ਰੋਵਾਈਡ ਕਰਵਾਉਂਦੀ ਆ ਤੇ ਨੈਕਸਟ ਵਨ ਇਜ਼ 11,500 ਪ੍ਰਾਈਸ ਦੇ ਵਿੱਚ MSI ਦਾ ਸਰ ਇਹਦੇ ਵਿੱਚ ਕੀ ਡਿਫਰੈਂਸ ਆ ਨਵੀਡੀਆ ਨਾਲੋਂ ਸਰ ਬੇਸਿਕਲੀ ਇਹ ਜਿਹੜਾ ਗ੍ਰਾਫਿਕ ਕਾਰਡ ਹੈ GTX 1050 ਹੈ ਇਹ DDR5 ਤੇ ਆਏ ਉਹ ਦੋਨੋਂ ਕਾਰਡ DDR3 ਤੇ ਸੀ ਪਹਿਲੇ ਵਾਲੇ ਓਕੇ ਸਰ ਇਹ 4GB ਹੈਵੀ ਕਾਰਡ ਹੈ ਲੋ ਪ੍ਰੋਫਾਈਲ ਕਾਰਡ ਹੈ ਇਹ ਹਰ ਮਸ਼ੀਨ 'ਚ ਫਿੱਟ ਹੋ ਸਕਦਾ ਓਕੇ ਇਹ ਤੇ ਤੁਸੀਂ ਹਾਈ ਗੇਮਸ ਖੇਲ ਸਕਦੇ ਹੋ ਜਿਹੜੀ ਸਰ ਜਿੱਦਾਂ ਕਿ ਅੱਜ ਕੱਲ ਦੇਖਿਆ ਜਾਂਦਾ ਕਿ ਪਬਜੀ ਦੀ ਗੇਮ ਬਹੁਤ ਜ਼ਿਆਦਾ ਫੇਮਸ ਆ ਯੰਗਸਟਰਸ ਤੁਹਾਨੂੰ ਵੀ ਪਤਾ ਆ ਪਬਜੀ ਦੀ ਗੇਮ ਇਹਦੇ ਵਿੱਚ ਜ਼ਿਆਦਾ ਵਧੀਆ ਰਨ ਕਰੇਗੀ ਜਾਂ ਜੋ ਤੁਸੀਂ ਗ੍ਰਾਫਿਕ ਕਾਰਡ ਰੀਸੈਂਟਲੀ ਸਾਨੂੰ ਦਿਖਾਇਆ ਉਹਦੇ ਵਿੱਚ ਜ਼ਿਆਦਾ ਵਧੀਆ ਕਰੇਗੀ ਪਬਜੀ ਵਾਲੀ ਗੇਮ ਤਾਂ ਕਿਸੇ ਵੀ ਗ੍ਰਾਫਿਕ ਕਾਰਡ 'ਚ ਰਨ ਕਰ ਜਾਏਗੀ ਮਿਨੀਮਮ 2GB ਉਹਦੀ ਰਿਕੁਆਇਰਮੈਂਟ ਹੁੰਦੀ ਹੈ ਤਾਂ ਸਰ ਜਿਹੜਾ ਇਹ ਹਾਈ ਪ੍ਰੋਫਾਈਲ ਦਾ ਗ੍ਰਾਫਿਕ ਕਾਰਡ ਹੈ ਇਹ ਕਿਸ ਤਰ੍ਹਾਂ ਦੀ ਗੇਮਸ ਲਾਈਕ ਐਡੀਟਿੰਗ ਦੇ ਲਈ ਯੂਜ਼ ਹੋ ਸਕਦੇ ਆ ਸੌਫਟਵੇਅਰ ਇਹ ਐਡੀਟਿੰਗ ਲਈ ਕੰਮ ਆ ਜਾਂਦਾ ਜਿਨ੍ਹਾਂ ਨੇ ਐਡਿਟ ਮਿਕਸਿੰਗ ਕਰਨੀ ਹੁੰਦੀ ਹੈ ਉਹਨਾਂ ਵਾਸਤੇ ਯੂਜ਼ ਹੈ ਜਾਂ ਜਿਨ੍ਹਾਂ ਨੇ ਕੋਈ ਐਨੀਮੇਸ਼ਨ ਗੇਮ ਬਹੁਤ ਆਨਲਾਈਨ ਇੰਟਰਨੈਟ ਗੇਮਸ ਖੇਲਣੀਆਂ ਹੁੰਦੀਆਂ ਉਹਨਾਂ ਵਾਸਤੇ ਯੂਜ਼ ਹੋ ਜਾਂਦਾ ਜਿਨ੍ਹਾਂ ਨੇ ਫੋਟੋਜ਼ ਐਡੀਟਿੰਗ ਕਰਨੀ ਹੈ ਮੇਨਲੀ ਜਿਹੜਾ ਫੋਟੋ ਸਟੂਡੀਓਜ਼ ਵਾਲੇ ਹੈ ਉਹ ਇਸ ਕਾਰਡ ਨੂੰ ਪ੍ਰੈਫਰ ਕਰਦੇ ਆ ਕਿਉਂਕਿ ਇਹਦੀ ਰੇਂਜ 11,500 ਹੁੰਦੀ ਹੈ ਤਾਂ ਥੋੜਾ ਜਿਹਾ ਕੋਸਟਲੀ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ MSI ਦਾ ਕੋਈ ਫੋਟੋਗ੍ਰਾਫਰ ਐਡੀਟਿੰਗ ਜਾਂ ਸਾਡਾ ਵੀਵਰਸ ਕੋਈ ਫੋਟੋਗ੍ਰਾਫਰ
ਤੇ ਨੈਗੋਸ਼ੀਏਬਲ ਅਗੇਨ ਆਈ ਸੈਡ ਕਿ ਥੋੜਾ ਬਹੁਤ ਨੈਗੋਸ਼ੀਏਬਲ ਹੋ ਜਾਏਗਾ, ਉੱਪਰ ਥੱਲੇ ਪ੍ਰਾਈਜ਼ ਹੁੰਦਾ ਜਾਏਗਾ। ਤੇ ਗੱਲ ਕਰਦੇ ਸੀ ਆਪਾਂ ਡੈਸਕਟੌਪ ਮਸ਼ੀਨਾਂ ਦੀ, ਤੇ ਇਹਨਾਂ ਕੋਲੇ ਬਹੁਤ ਜ਼ਿਆਦਾ ਸਟਾਕ ਅਵੇਲੇਬਲ ਹੈਗਾ ਡੈਸਕਟੌਪ ਮਸ਼ੀਨਾਂ ਦਾ ਵੀ। ਸੋ ਅੱਗੇ ਆਪਾਂ ਵੀਡੀਓ ਨਾ ਲੰਬੀ ਲੈ ਕੇ ਜਾਂਦੇ ਹੋਏ ਤੇ ਇੱਕ ਗੱਲ ਤੇ ਫਿਨਿਸ਼ ਕਰਾਂਗੇ, ਸਾਡੀ ਵੀਡੀਓ ਨੂੰ ਚੱਲਦੇ ਚੱਲਦੇ ਲਾਈਕ ਸ਼ੇਅਰ ਜ਼ਰੂਰ ਕਰਿਓ, ਸਬਸਕ੍ਰਾਈਬ ਕਰ ਦਿਓ। ਤੇ ਐਡਰੈਸ ਇੱਕ ਵਾਰ ਮੈਂ ਫੇਰ ਤੁਹਾਡੇ ਨਾਲ ਕਨਫਰਮ ਕਰਵਾਵਾਂਗਾ ਮਿਸਟਰ ਆਸ਼ੀਸ਼ ਜੈਨ ਤੋਂ। ਸਰ ਆਪਣਾ ਐਡਰੈਸ ਹੈ ਜੀ ਨਿਊ ਜੈਨ ਕੰਪਿਊਟਰ, ਨਿਕੋ ਕੰਪਲੈਕਸ, ਪੱਖੋਵਾਲ ਰੋਡ, ਓਪੋਜ਼ਿਟ ਆਪਣੇ ਗ੍ਰੀਨ ਨਰਸਰੀ ਐਂਡ ਅੱਪਰ ਹਾਊਸ ਹੈ, ਵੈਰੀ ਨੀਅਰ ਅੰਬੀਰੀਆ ਹੋਟਲ ਅਤੇ ਵੈਰੀ ਨੀਅਰ ਫਿਰੋਜ਼ ਗਾਂਧੀ ਮਾਰਕੀਟ। ਇਹ ਫਿਰੋਜ਼ ਗਾਂਧੀ ਮਾਰਕੀਟ ਅਤੇ ਅੰਬੀਰੀਆ ਹੋਟਲ ਦੇ ਸੈਂਟਰ 'ਚ ਹੈ। ਠੀਕ ਹੈ, ਜਿੱਦਾਂ ਕਿ ਇਹਨਾਂ ਨੇ ਐਡਰੈਸ ਪ੍ਰੋਪਰ ਤਰੀਕੇ ਨਾਲ, ਵੈਸੇ ਅਸੀਂ ਇਹਨਾਂ ਦਾ ਡਿਸਕ੍ਰਿਪਸ਼ਨ ਦੇ ਵਿੱਚ ਕੰਟੈਕਟ ਨੰਬਰ ਵੀ ਦੇਵਾਂਗੇ ਅਤੇ ਗੂਗਲ ਲੋਕੇਸ਼ਨ ਵੀ ਦੇਵਾਂਗੇ, ਤੁਸੀਂ ਸਿੱਧਾ ਡਾਇਰੈਕਟਲੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਅਬਾਊਟ ਲੈਪਟੋਪ, ਅਬਾਊਟ ਡੈਸਕਟੋਪ। ਸੋ ਸਾਡੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਸਬਸਕ੍ਰਾਈਬ ਕਰਿਓ, ਤੁਹਾਡੇ ਇੱਕ ਸਬਸਕ੍ਰਾਈਬ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਆ। ਸੋ ਥੈਂਕ ਯੂ ਸੋ ਮੱਚ।